ਜਿਸ ਕੋਲ ਰਾਜ ਭਾਗ ਦਿੱਤਾ। ਮਹਾਰਾਜ ਕਹਿੰਦੇ ਜੋ ਬੰਦਾ ਨਿਮਰਤਾ ਵਿੱਚ ਰਹੇ, ਹੰਕਾਰ ਨਾ ਕਰੇ, ਉਸਦਾ ਰਾਜ ਭਾਗ ਵੀ ਸਵੀਕਾਰ ਹੈ। ਪਰ ਜੇ ਉਹ ਹੰਕਾਰ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਉਹਦੀ ਜ਼ਿੰਦਗੀ ਬਸ ਇਸ ਤਰ੍ਹਾਂ ਜਿਵੇਂ ਨਰਕਾਂ ਦਾ ਇੱਕ ਕੁੱਤਾ ਹੈ, ਇਸ ਤੋਂ ਵੱਧ ਕੋਈ ਨਹੀਂ। ਜਿਵੇਂ ਸਾਹਿਬ ਦਾ ਬਚਨ ਹੈ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਹੁ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਸੁਣਿਓ। ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ। ਝੁਕਦਾ ਨਹੀਂ, ਮੇਰੇ ਕੋਲ ਜਵਾਨੀ ਹੈ, ਜੇ ਤੇਰੇ ਕੋਲ ਇਹਦੇ ਵਿੱਚ ਇਸਤਰੀ ਵੀ, ਇਹਦੇ ਵਿੱਚ ਪੁਰਸ਼ ਵੀ ਹੈ। ਜਵਾਨੀ ਇੱਕ ਆਪਣੇ ਆਪ 'ਚ ਬੜੀ ਵੱਡੀ ਐਨਰਜੀ ਹੈ। ਮੈਨੂੰ ਯਾਦ ਇੱਕ ਗੁਰਮੁਖ ਕਹਿੰਦੇ ਸਨ, ਬੋਲਦਿਆਂ ਹੋਇਆ ਕਹਿ ਰਹੇ ਸਨ, ਉਹ ਜਵਾਨੋ ਕਿਹੜੇ ਨਸ਼ੇ 'ਚ ਪੈ ਗਏ ਹੋ, ਜਵਾਨੀ ਤਾਂ ਖੁਦ ਹੀ ਆਪਣੇ ਆਪ 'ਚ ਏਡਾ ਵੱਡਾ ਨਸ਼ਾ, ਇਹਨੂੰ ਸਾਂਭਣ ਦੀ ਜਾਚ ਸਿੱਖ ਲਓ। ਜਿਸ ਬੰਦੇ ਨੂੰ ਜੋਬਨ ਦਾ ਹੰਕਾਰ ਹੋ ਜਾਏ, ਉੱਥੇ ਪਰਮਾਤਮਾ ਵਿਸਰਦਾ ਹੈ। ਹੰਕਾਰੀ ਬੰਦਾ ਇੰਨਾ ਹੋ ਜਾਂਦਾ ਹੈ, ਚਰਨ ਧੂੜ ਦੀ ਗੱਲ ਦੂਰ। ਜੋਬਨ ਵਿੱਚ ਮੱਤਾ ਹੋਇਆ ਬੰਦਾ ਦੂਜੇ ਅੱਗੇ ਝੁਕਣ ਦੀ ਤਾਂ ਗੱਲ ਛੱਡੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਜੋਬਨ ਦੇ ਹੰਕਾਰ ਵਿੱਚ ਪਿਆ ਹੋਇਆ ਬੰਦਾ ਖੂਨ ਦੇ ਰਿਸ਼ਤੇ ਅੱਗੇ ਵੀ ਝੁਕਣ ਲਈ ਤਿਆਰ ਨਹੀਂ ਹੁੰਦਾ। ਕਈ ਜਦੋਂ ਜਵਾਨ ਪੁੱਤਰ ਹੁੰਦਾ ਨਾ, ਖਿਮਾ ਕਰਿਓ, ਕੁਰਾਏ ਪਿਓ, ਸੱਕੇ ਪਿਓ ਅੱਗੇ ਵੀ ਅੱਖਾਂ ਕੱਢਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪ੍ਰਮਾਣ ਹੈ, ਬਾਬਾ ਪਿਰਥੀ ਚੰਦ ਸਾਹਮਣੇ ਬੋਲਦਾ ਤੇ ਗੁਰੂ ਰਾਮਦਾਸ ਨੇ ਉਹਨੂੰ ਬਾਣੀ ਚ ਦਰਜ ਕਰ ਦਿੱਤਾ। ਕਹਿਣ ਲੱਗੇ ਤੇਰੇ ਕੋਲ ਦੋ ਚੀਜ਼ਾਂ ਨੇ, ਤੇਰੇ ਕੋਲ ਪੈਸਾ ਤੇ ਤੇਰੇ ਸਰੀਰ ਵਿੱਚ ਜੋਬਨ ਹੈ, ਪਰ ਚੇਤੇ ਰੱਖੀਏ ਕਦੀ ਕਿਸੇ ਦਾ ਸਾਥ ਨਹੀਂ ਦਿੰਦੇ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੌ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਸ ਬੰਦੇ ਵਿੱਚ ਮਹਾਰਾਜ ਕਹਿੰਦੇ ਨੇ ਜੋ ਜਾਣੈ ਮੈਂ ਜੋਬਨਵੰਤ, ਇਹ ਕਹਿ ਰਿਹਾ ਕਿ ਮੇਰੇ ਤੋਂ ਵੱਧ ਜਵਾਨ ਤੇ ਸੋਹਣਾ ਕੋਈ ਨਹੀਂ। ਗੁਰੂ ਅਰਜਨ ਦੇਵ ਕਹਿੰਦੇ ਨੇ ਇੱਥੇ ਫੋਟੋਆਂ ਲੱਗ ਜਾਣਗੀਆਂ ਤੇਰੀ ਜਵਾਨੀ ਦੀਆਂ, ਸੁਹਾਪਣ ਦੀਆਂ, ਪਰ ਚੇਤੇ ਰੱਖੀ ਜੇ ਪਰਮਾਤਮਾ ਭੁੱਲ ਗਿਆ, ਤੇਰਾ ਅੰਦਰ ਨਹੀਂ ਝੁਕਦਾ, ਤੇ ਤੂੰ ਸਿਰਫ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਤੇਰੀ ਕੋਈ ਹੈਸੀਅਤ ਨਹੀਂ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ, ਗੰਦਗੀ ਦਾ ਜੰਤ ਕਿਹਾ ਕੀੜਾ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਜਿਵੇਂ ਉਹ ਸੁਣਾ ਕੇ ਅੱਗੇ ਤੁਰਨਾ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਪਰ ਮੈਂ ਇੱਕ ਪੱਖ ਰੱਖਣਾ ਪੈਣਾ ਸੀ ਮੈਨੂੰ ਇਹ ਕਿ ਚਰਨਾਂ ਦੀ ਧੂੜ ਤਾਂ ਹੀ ਬਣੇਗਾ ਜੇ ਇਹ ਸਾਰਾ ਜਿਹੜਾ ਸੁਰਤ ਵਿੱਚ ਲਈ ਬੈਠਾ ਮੇਰੇ ਕੋਲ ਆਹ ਕੁਛ ਆ ਕੁਛ, ਇਹ ਸਭ ਦਾ ਸਭ ਨੂੰ ਫੂਕਣਾ ਪੈਣਾ ਇਹਨੂੰ। ਸਲੋਕ 12 ਤੇ ਵਧੀਕ ਜਦੋਂ ਅਸੀਂ ਪੜ੍ਹਨੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਦੇ, ਉਸ ਵਿੱਚ ਪਹਿਲਾ ਸਲੋਕ ਜਿਹੜਾ ਉਹ ਜੋਬਨ ਦੇ ਹੰਕਾਰ ਦੀ ਵਿਆਖਿਆ ਕਰ ਰਿਹਾ। ਉਹ ਸਲੋਕ ਹੈ, ਦੋ ਸਖੀਆਂ ਨੇ ਆਪਸ ਵਿੱਚ ਗੱਲਬਾਤ ਕਰਦੀਆਂ ਨੇ, ਤੇ ਮੈਂ ਇਹ ਵੀ ਬੇਨਤੀ ਕਰਾਂ ਗੁਰਬਾਣੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਦਰਅਸਲ ਉਹ ਇਸਤਰੀ ਰੂਪ ਵਿੱਚ ਉਚਾਰਨ ਕੀਤਾ ਗਿਆ, ਭਾਵਾਂ ਕਿ ਬਾਣੀ ਦੇ ਉਚਾਰਨ ਕਰਤਾ ਜਿਹੜੇ ਨੂੰ ਸਾਰੇ ਮਰਦ ਜਾਮੇ ਵਿੱਚ ਨੇ, ਭਗਤ ਨੇ, ਭੱਟ ਨੇ, ਗੁਰੂ ਸਾਹਿਬਾਨ ਨੇ, ਪਰ ਉਹ ਇਸਤਰੀ ਰੂਪ ਹੋ ਕੇ ਉਹਨਾਂ ਨੇ ਇਹ ਬਾਣੀ ਉਚਾਰਨ ਕੀਤੀ। ਤੇ ਗੁਰਬਾਣੀ ਨੇ ਇਸ ਗੱਲ ਨੂੰ ਵੀ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਇਸ ਜਗਤ ਵਿੱਚ ਸਿਰਫ ਮਰਦ ਇੱਕ ਪਰਮਾਤਮਾ ਹੈ, ਬਾਕੀ ਸਾਰੀਆਂ ਉਹਦੀਆਂ ਇਸਤਰੀਆਂ ਨੇ। ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ, ਮਹਾਰਾਜ ਸ਼ਬਦ ਵਰਤਦੇ ਆ। ਉੱਥੇ ਦੋ ਸਖੀਆਂ ਨੇ, ਇਹਦੇ ਬਾਹਰ ਮੁਖੀ ਅਰਥ ਕਰਾਂਗੇ, ਫਿਰ ਅੰਦਰੋਂ ਅੰਤਰੂਨੀ ਅੰਤਰੀ ਵਰਥ ਨੇ। ਇੱਕ ਸਹੇਲੀ ਪੁੱਛਦੀ ਹੈ ਕਿ ਤੂੰ ਕਿੰਨੀ ਬੇਅਦਬੀ, ਕਿੰਨੇ ਬੇਅਦਬ ਹੋ ਗਈ ਹੈ, ਤੂੰ ਆਪਣੀ ਸੱਸ ਅੱਗੇ ਕਿਉਂ ਨਹੀਂ ਝੁਕਦੀ, ਮੱਥਾ ਕਿਉਂ ਨਹੀਂ ਟੇਕਦੀ। ਹੁਣ ਇਹ ਨਹੀਂ ਰਿਹਾ, ਯਾਦ ਰੱਖਿਓ ਪਹਿਲਾਂ ਸੀ। ਮੈਨੂੰ ਯਾਦ ਹੈ ਕਿ ਸਾਡੇ ਘਰਾਂ 'ਚ ਸਾਡੀ ਮਾਂ, ਸਾਡੀ ਬੀਬੀ ਜਦੋਂ ਬਾਹਰ ਆਉਣਾ, ਉਹਨਾਂ ਨੇ ਆਪਣੇ ਪੱਲੇ ਨਾਲ ਆਪਣੀ ਸੱਸ ਦੇ ਪੈਰਾਂ ਨੂੰ ਛੂਹਣਾ ਤੇ ਆਪਣੇ ਮੱਥੇ 'ਤੇ ਲਾਉਣਾ, ਇਸ ਤਰ੍ਹਾਂ ਹੁੰਦਾ ਰਿਹਾ। ਹੁਣ ਨਹੀਂ, ਹੁਣ ਨਾ ਤਾਂ ਝੁਕਣ ਵਾਲਾ ਅੱਧਾ ਕੰਮ ਤੇ ਅਸੀਂ ਨਿਬੇੜ ਦਿੱਤਾ। ਕਥਾ ਵਾਲੇ ਉਹ ਮੱਥਾ ਨਾ ਟੇਕਿਓ, ਗੁਰੂ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ, ਉਹ ਤੁਸੀਂ ਮਰ ਜਾਓਗੇ, ਡੁੱਬ ਜਾਓਗੇ। ਇਸ ਤੋਂ ਹੀ ਅਗਲਾ ਕਹਿੰਦਾ ਪਹਿਲੀ ਤਿਆਰ ਹੁੰਦਾ, ਛੱਡ ਪਰਾ ਕਥਾ ਵਾਲਾ ਕਹਿੰਦਾ ਸੀ।
ਮੈਂ ਕਹਿੰਦਾ ਗੁਰੂ ਜਾਣ ਕੇ ਨਮਸਕਾਰ ਕਰਨੀ ਤੇ ਵੱਡਿਆਂ ਦਾ ਅਦਬ ਕਰਨਾ ਦੋਨਾਂ ਚ ਬੜਾ ਫਰਕ ਜੇ। ਇੱਕ ਬਜ਼ੁਰਗ ਬੰਦਗੀ ਕਰਨ ਵਾਲਾ ਹੈ, ਜੇ ਸਾਡਾ ਅੰਦਰ ਉਹਦੇ ਅੱਗੇ ਝੁਕਿਆ ਹੀ ਨਹੀਂ, ਅਸੀਂ ਇੰਨਾ ਕੁ ਕਿੱਲਾ ਕੰਨ ਧੌਣ ਚ ਠੁਕਿਆ ਪਿਆ, ਮੈਂ ਨਹੀਂ ਝੁਕਦਾ ਗੁਰੂ ਤੋਂ ਬਿਨਾਂ, ਕਿਸੇ ਦੀ ਪਰਵਾਹ ਨਹੀਂ ਕਰਦਾ। ਤੇ ਗੁਰੂ ਤਾਂ ਕਹਿੰਦਾ ਗਿੰਝ ਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ। ਮੇਰੀ ਬੇਨਤੀ ਉਹਨਾਂ ਦੇ ਚਰਨਾਂ ਦੀ ਧੂੜ ਦੇ। ਖੈਰ ਮੈਂ ਵਿਸ਼ੇ ਤੇ ਰਹਾਂਗਾ। ਉਹ ਪੁੱਛਦੀ ਤੂੰ ਬੇਅਦਬ ਕਿਉਂ ਹੋ ਗਈ, ਤੂੰ ਆਪਣੀ ਸੱਸ ਅੱਗੇ ਝੁੱਕ ਕੇ ਕਿਉਂ ਨਹੀਂ ਨਮਸਕਾਰ ਕਰਦੀ। ਅੱਗੋਂ ਉੱਤਰ ਦਿੰਦੀ, ਕਹਿਣ ਲੱਗੀ ਬੁੱਢੜੀ ਇਹ ਬਜ਼ੁਰਗ ਮਾਈ ਮੈਂ ਕੀ ਕਰਾਂ, ਮੇਰੇ ਜੋਬਨ ਦਾ, ਚਲੋ ਤੁਸੀਂ ਲਫ਼ਜ਼ ਮੇਰੇ ਸਮਝ ਜਾਓਗੇ ਜਿਹੜੇ ਪੰਜਾਬੀ ਸ਼ਬਦ ਨੇ ਜੀ, ਮੇਰੇ ਜੋਬਨ ਦਾ ਇੰਨਾ ਕੁ ਭਾਰ ਹੈ ਇਸ ਬੁੱਢੀ ਅੱਗੇ ਮੈਂ ਨਹੀਂ ਝੁੱਕ ਸਕਦੀ। ਅੱਗੋਂ ਗੁਰਮੁਖ ਸਖੀ ਕਹਿੰਦੀ ਹੈ ਸੋਨੀ ਕੁੜੀਏ ਭੈਣੇ, ਜਿਸ ਜਵਾਨੀ ਦਾ ਤੂੰ ਹੰਕਾਰ ਕਰਨੀ ਹੈ ਇੱਕ ਦਿਨ ਸਵਾਹ ਹੋ ਜਾਣੇ, ਤੂੰ ਝੁਕਣਾ ਨਹੀਂ ਜਾਣਦੀ ਨਾ। ਜਿਸ ਜੋਬਨ ਦਾ ਤੂੰ ਹੰਕਾਰ ਕਰਨੀ ਹੈ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ। ਕਿਉਂ? ਕਹਿਣ ਲੱਗੇ ਤੇ ਤਾਂ ਕੱਚ ਦਾ ਭਾਂਡਾ ਹੈ, ਇੱਥੇ ਤਾਂ ਉਹ ਕਿਲੇ ਜਿਹੜੇ ਪੱਕੇ ਚੂਨੇ ਨਾਲ ਪਹਾੜਾਂ ਵਰਗੇ ਅੜੋਲ ਸਨ, ਸਦੀਆਂ ਰਹਿਣ ਦੇ ਬਾਵਜੂਦ ਵੀ ਅੱਜ ਕਿਰ ਕਿਰ ਕੇ ਮਿੱਟੀ ਦਾ ਰੂਪ ਹੋ ਗਏ। ਤੂੰ ਜੋਬਨ ਦਾ ਹੰਕਾਰ ਕੀ ਕਰਨੀ, ਇੱਕ ਦਿਨ ਤੂੰ ਵੀ ਮਿੱਟੀ ਹੋ ਜਾਣਾ ਹੈ। ਮਹਾਰਾਜ ਦਾ ਸ਼ਬਦ ਹੈ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਚਾਰ ਸ਼ਬਦ ਵਰਤੇ, ਉਤੰਗੀ ਦਰ ਤੇ ਉੱਤਾ ਕੱਦ, ਪੈ ਹੋਰੀ ਪੈ ਦਰਤ ਦੁੱਧ, ਉਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੱਸੜ ਸੂਇਆ ਕਿਵ ਕਰੀ ਨਿਵਨ ਨਾ ਜਾਏ ਥਣੀ। ਫਿਰ ਬੇਨਤੀ ਸੁਣੀ ਬੜੇ ਸੌਖੇ ਅਰਥੇ, ਸੱਸੜ ਸੂਇਆ ਸੂਇਆ ਦਰ ਤੇ ਮੱਥਾ, ਸੱਸੜ ਸੂਇਆ ਕਿਵ ਕਰੀ ਨਿਵਨ ਨਾ ਜਾਏ ਥਣੀ। ਅੱਗੋ ਸਖੀ ਕਹਿੰਦੀ ਹੈ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਜਿਹੜੇ ਪੱਕੇ ਸੋਨੇ ਪਲਸਤਰ ਨਾਲ ਕਿਲੇ ਬਣੇ ਸਨ ਉਹ ਵੀ ਮਿੱਟੀ ਹੋ ਗਿਆ, ਤੂੰ ਕਦਾ ਹੰਕਾਰ ਪੀ ਕਰਨੀ। ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇ ਪੀ ਢੈਂਦੇ ਡਿੱਠ ਮੈਂ ਅੱਖਾਂ ਨਾਲ ਉਹ ਕਿਰਦੇ ਕੋਏ ਡਿੱਗਦੇ ਕੋਏ ਤਬਾਹ ਹੋਏ ਦੇਖਿਆ, ਮੁੰਦ ਨਾ ਗਰਭ ਥਣੀ, ਤੂੰ ਆਪਣੀ ਜਵਾਨੀ ਦਾ ਹੰਕਾਰ ਮਤ ਕਰ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਯਾਦ ਰੱਖੋ, ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਬਿਸ਼ਟਾ ਕਾ ਜਨ। ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾਡ, ਹੈਵਰ ਉੱਪਰ ਛਤਰ ਧਰ ਤੇ ਪਿਨ ਧਰਨੀ ਗਾਠ। ਮਹਾਰਾਜ ਕਹਿੰਦੇ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਯੰਗ, ਜਿਵੇਂ ਸੱਪ ਆਪਣੀ ਕੁੰਜ ਛੱਡਦਾ। ਤੇ ਵੇਖੋ ਬੰਦਾ ਮੰਨਦਾ ਨਾ, ਜ਼ੋਰ ਯਾਰ ਲਾਉਂਦਾ, ਟਾਕੀਆਂ ਟੁਕੀਆਂ ਲਾਉਂਦਾ, ਚਾਰ ਸਾਲ ਹੋਰ ਨਿਕਲ ਜਾਣ, ਟਾਕੀਆਂ ਲਾਉਣੀ ਹੈ ਨਾ, ਸਭ ਤੋਂ ਮਹਿੰਗਾ ਚਮੜੀ ਨੂੰ ਟਾਕੀ ਲਾਉਣੀ ਅੱਜ ਕੱਲ੍ਹ, ਇਸ ਸਭ ਤੋਂ ਇਸ ਦੁਨੀਆਂ 'ਚ ਸਭ ਤੋਂ ਮਹਿੰਗੀ ਚੀਜ਼ ਹੈ। ਵੈਗਰੂ ਮੈਨੂੰ ਬਖਸ਼ ਦਿਆ ਜੇ ਮੈਂ ਕਦੀ ਖੱਬੇ ਸੱਜੇ ਨਹੀਂ ਕੋਈ ਬੋਲਿਆ, ਮੇਕਅਪ ਦਾ ਸਮਾਨ ਸਭ ਤੋਂ ਮਹਿੰਗਾ, ਟਾਕੀਆਂ ਲਾਉਂਦਾ ਬੰਦਾ ਨਾ, ਚਾਰ ਦਿਨ ਹੋਰ ਨਿਕਲ ਜਾਣ। ਰਵਿਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ, ਇੱਕ ਤਾਂ ਉਹ ਬਾਣੀ 'ਚ ਕਹਿੰਦੇ ਆ ਵੀ ਮੇਰੀ ਜਿਹੜੀ ਜਾਤ ਹੈ ਮੈਂ ਮਰੇ ਪਸ਼ੂ ਢੋਨਾ, ਮੇਰੀ ਜਾਤ ਕੁੱਟ ਵੰਡ ਲਾ ਢੋਲ ਢਵੰਤਾ ਨੀਤੈ ਬਨਾਸੀ ਆਸ ਪਾਸਾ। ਕਹਿੰਦੇ ਮੇਰੇ ਬਜ਼ੁਰਗ ਵੀ ਮੇਰੀ ਕੁੱਲ ਵੀ ਮੇਰਾ ਪੁਸ਼ਤੈਨੀ ਕੀਤਾ ਹੀ ਇਹ ਵੇ, ਮਰੇ ਪਸ਼ੂ ਢੋਨਾ, ਚਮੜਾ ਲਾਹਨਾ, ਚਮੜਾ ਸੁਕਾਨਾ, ਜੁੱਤੀਆਂ ਗੰਢਣਾ। ਤੇ ਇੱਕ ਦਿਨ ਪਾਠ ਕਰਦੇ ਇੱਕ ਬਚਨ ਆਉਂਦਾ, ਕਹਿੰਦਾ ਕਿ ਚਮਰੱਟਾ ਗਾਂਠ ਨਾ ਜਾਨੀ ਸਭ ਲੋਕ ਗਠਾਵੇਂ ਪੰਨੀ, ਵਿੱਕੇ ਕੀ ਕਰ ਦਿੱਤਾ ਭਾਈ ਸਾਹਿਬ। ਭਾਈ ਗੁਰਦਾਸ ਕਹਿੰਦੇ ਆ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁਲਾ ਢੋਰ ਟੋਏ ਧਰਮ ਸਮੇਟਾ। ਕਹਿੰਦੇ ਨੇ ਕੁਲ ਦਾ ਧਰਮ ਹੈ ਕੁਲਾ ਧਰਮ ਟੋਏ ਢੋਰ ਸਮੇਟਾ, ਇਹ ਪਾਣਾ ਰਸਤੇ ਜੁੱਤੀਆਂ ਗੰਢਦਾ। ਮਹਾਂਪੁਰਖ ਕਹਿੰਦਾ ਨਹੀਂ, ਚਮਰੱਟਾ ਗੰਠ ਨਾ ਜਾਨੀ ਲੋਕ ਗਠਾਵੇ ਪਨਹੀ, ਆਰ ਨਹੀਂ ਦੇ ਤੋਪੋ ਨਹੀਂ ਰਾਂਭੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬਗੂਚਾ ਹੋ ਬਿਨ ਗੰਠ ਹੈ ਜਾਏ ਪਹੁੰਚਾ। ਕਮਾਲ ਹੋ ਗਈ ਜੀ, ਇਹ ਆਪਸ 'ਚ ਕਿਉਂ ਕੱਟ ਕਰ ਰਹੀ ਗੱਲ। ਅਸਲ 'ਚ ਉੱਥੇ ਭਗਤ ਜੀ ਕਹਿੰਦੇ ਹੋ ਲੋਕੋ, ਇਸ ਵੇ ਤਾਂ ਲੋਕਾਂ ਦੇ ਪੈਰਾਂ ਦੀਆਂ ਜੁੱਤੀਆਂ ਗੰਢਣਾ ਵਾ, ਵੀ ਚਾਰ ਦਿਨ ਹੋਰ ਕੱਢ ਜਾਏ, ਚਾਰ ਦਿਨ ਹੋਰ ਕੱਢ ਜਾਏ। ਕਹਿੰਦੇ ਨੇ ਇਹ ਸਰੀਰ ਵੀ ਜੁੱਤੀ ਹੈ, ਚਮੜੀ ਦੀ ਤਰ੍ਹਾਂ ਚਮੜੀ ਹੈ, ਇਹ ਜੁੱਤੀ ਹੈ,
ਸੱਚੀ ਮੁੱਚੀ ਲੋਕੀ ਇਹੀ ਜ਼ੋਰ ਲਾਈ ਜਾਂਦੇ ਆ ਚਾਰ ਦਿਨ ਹੋਰ ਕਿਤੇ ਦੇਹ ਕੱਢ ਜਾਏ, ਕਹਿੰਦੇ ਲੋਕੋ ਮਰ ਚੱਲਿਓ ਜੁੱਤੀਆਂ ਗੰਢ ਗੰਢ ਕੇ ਇਹਦਾ ਸਫ਼ਰ ਹੀ ਕਰ ਲਓ। ਉੱਥੇ ਮੋਹ ਦੀ ਗੱਲ ਕੀਤੀ। ਮੈਂ ਫਿਰ ਬੇਨਤੀ ਕਰਾਂਗਾ ਕਿ ਮਹਾਰਾਜ ਨੇ ਕਿਹਾ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਚਨ ਆਪਸ ਕੋ ਕਰਮਵੰਤ ਕਹਾਵੈ। ਜਿਹੜਾ ਇਹ ਕਹਿਣਾ ਸ਼ੁਰੂ ਕਰਦਾ ਮੈਂ ਬੜਾ ਚੰਗੇ ਕਰਮ ਕਰਨਾ, ਸੁਣੋ ਇਸ ਬੇਨਤੀ ਨੂੰ, ਇਹ ਬੜਾ ਖਤਰਨਾਕ ਕੰਮ ਜੇ, ਕਿਉਂਕਿ ਧਰਮ ਇਹ ਸਿਖਾਉਂਦਾ ਵੀ ਚੰਗੇ ਕਰਮ ਕਰ ਤੂੰ ਚੰਗਾ ਬਣ। ਜਿਹੜਾ ਬੰਦਾ ਪਤਿਤ ਕਰਮ ਕਰ ਰਿਹਾ, ਵਾਹਿਗੁਰੂ ਮੈਂ ਸ਼ਬਦ ਵਰਤਣ ਲੱਗਾ, ਉਸ ਬੰਦੇ ਦੀ ਗੁੰਜਾਇਸ਼ ਹੈ ਕਿ ਪਲਟ ਕੇ ਦੁਬਾਰਾ ਸ਼ੁਭ ਕਰਮੀ ਬਣ ਜਾਏ, ਤੇ ਜਿਹੜਾ ਸ਼ੁਭ ਕਰਮ ਕਰਕੇ ਹੰਕਾਰੀ ਆ ਗਿਆ ਉਹਦੇ ਲਈ ਰਸਤਾ ਬੰਦ ਲੱਗਦਾ ਪਿਆ ਹੈ, ਕਿਉਂਕਿ ਉਹਨੂੰ ਆਪਣੀ ਕਰਮਵੰਤ ਹੈ ਨਾ। ਇਹਨੂੰ ਬਾਣੀ ਕਿਉਂ ਦੇਖੋ ਜੀ, ਤੀਰਥ ਵਰਤ ਅਰ ਦਾਨ ਕਰ, ਇਹ ਕਰਮਵੰਤ ਹੈ। ਇਸ਼ਨਾਨ ਵੀ ਕੀਤਾ, ਦਾਨ ਪੁੰਨ ਵੀ ਕੀਤਾ, ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ ਹੈ। ਇੱਥੇ ਹੈ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਉਹ ਜਨਮਾਂ ਜਨਮਾਂਤਰਾਂ ਵਿੱਚ ਭਟਕਦਾ ਰਹਿੰਦਾ ਹੈ, ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਜਿਹੜਾ ਇਨਸਾਨ ਇਸ ਗੱਲ ਦੇ ਹੰਕਾਰ ਜੀਂਦਾ ਕਿ ਮੇਰੇ ਤੋਂ ਚੰਗਾ ਤਾਂ ਸ਼ੁਭ ਕਰਮੀ ਹੈ ਹੀ ਕੋਈ ਨਹੀਂ, ਮੈਂ ਬੜਾ ਨਿਤਨਵੀ ਇਹਦੇ ਪੱਲੇ ਕੁਛ ਨਹੀਂ। ਗੁਰਮੁਖੋ, ਅੱਜ ਇਸ ਤੁਕ ਨੂੰ ਜੇ ਸਿੱਖਾਂ 'ਚ ਘਟਾ ਕੇ ਦੇਖੋ ਨਾ, ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਦੂਜਾ ਤੀਜਾ ਕੋਈ ਦੇਖੋ, ਸਭ ਤੋਂ ਜ਼ਿਆਦਾ ਜ਼ੋਰ ਇਹ ਲੱਗਾ ਮੈਂ ਚੰਗਾ ਵਾਂ, ਇਹ ਬੰਦਾ ਅੱਤ ਦਾ ਮਾੜਾ ਹੈ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਵੀ ਇਹੋ ਜਿਹੇ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਆ ਸ਼ੁਭ ਕਰਮਾਂ ਦਾ। ਇਹੀ ਬਾਬਾ ਜੀ ਨੇ ਕਿਹਾ ਹਮ ਵੱਡ ਕਬ ਕੁਲੀਨ ਹਮ ਪੰਡਿਤ, ਇਹ ਕਰਮਵੰਤ ਹੈ। ਮੈਂ ਵਿਦਵਾਨ ਖਾਂ, ਮੈਂ ਕਵੀ ਖਾਂ, ਮੈਂ ਧਨਾਢ ਖਾਂ, ਮੈਂ ਸਿਮਰਨ ਕਰਨ ਵਾਲਾ ਖਾਂ, ਹਮ ਵੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਇਹ 'ਚ ਕੋਈ ਚੋਰੀ ਦਾ ਜ਼ਿਕਰ ਨਹੀਂ, ਕੋਈ ਯਾਰੀ ਦਾ ਜ਼ਿਕਰ ਨਹੀਂ, ਇਸ ਵਿੱਚ ਸਾਰੇ ਸ਼ੁਭ ਕਰਮ ਨੇ। ਮੈਂ ਕਵੀ ਖਾਂ, ਮੈਂ ਪੰਡਿਤ ਖਾਂ, ਮੈਂ ਗਿਆਨੀ ਖਾਂ, ਮੈਂ ਗੁਣੀ ਖਾਂ, ਮੈਂ ਦਾਨੀ ਖਾਂ, ਮੈਂ ਸੂਰਮਾ ਖਾਂ। ਮਹਾਰਾਜ ਨੇ ਦੋ ਤੁਕਾਂ 'ਚ ਸਾਰੇ ਕਰਮਵੰਤ ਗਣ ਦਿੱਤੇ। ਤੇ ਜਿਹੜਾ ਬੰਦਾ ਇਹ ਕਰਮ ਕਰਕੇ ਹੰਕਾਰ ਕਰਦਾ ਉਹਦਾ ਬਣੇਗਾ ਕੀ? ਆਪ ਸੁਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਜੰਮਦਾ ਤੇ ਮਰਦਾ ਰਹਿੰਦਾ ਹੈ। ਪਰ ਜੇ ਬੰਦਾ ਕਰਮਵੰਤ ਹੋ ਕੇ ਨਿਮਰਤਾ ਵਿੱਚ ਰਹੇ ਫਿਰ ਦੇਖੋ ਕਿੰਨਾ ਕੁ ਭਾਗ ਲੱਗਦਾ ਹੈ। ਫਿਰ ਬੇਨਤੀ ਸੁਣੋ, ਫਿਰ ਅਗਲੀ ਤੋਂ ਕਿ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ, ਜ਼ਮੀਨ ਦਾ ਦੌਲਤ ਦਾ ਆਪਣੇ ਬਿਜਨਸ ਦਾ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹੰਕਾਰ ਕਰਦਾ ਉਹ ਮੂਰਖ ਵੀ ਹੈ, ਅੰਨਾ ਵੀ ਤੇ ਅਗਿਆਨੀ ਵੀ ਹੈ। ਨਾਲ ਸ਼ਬਦ ਵਰਤਿਆ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ, ਜਿਹਦੇ ਤੇਰੀ ਕਿਰਪਾ ਹੋਵੇ ਤੈਨੂੰ ਹਿਰਦੇ। ਵੇਖੋ ਇਹ ਸ਼ਬਦ ਇੱਥੇ ਸਰੀਰ ਨਹੀਂ ਵਰਤਿਆ। ਮੈਂ ਅੱਗੇ ਤੁਹਾਨੂੰ ਕਿਹਾ ਕਿ ਕਈ ਵਾਰੀ ਸਰੀਰ ਨਿਮਰਤਾ ਵਿੱਚ ਝੁਕਣ ਵਾਲਿਆਂ ਦੀ ਰੀਸ ਕਰ ਲੈਂਦਾ, ਪਰ ਇੱਥੇ ਗੁਰਦੇਵ ਨੇ ਅੰਦਰ ਦਾ ਸ਼ਬਦ ਲਿਆ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਜਿਸ ਦੇ ਹਿਰਦੇ 'ਚ ਗਰੀਬੀ ਵਸ ਜਾ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਦੇਣਾ, ਨਿਮਰਤਾ ਹੋਣੀ ਜ਼ਰੂਰੀ ਹੈ ਪਰ ਨਿਮਰਤਾ ਤੇ ਹੀਣਤਾ 'ਚ ਦੋਨਾਂ 'ਚ ਬੜਾ ਫਰਕ ਜੇ। ਹੀਣਤਾ ਤੇ ਨਿਮਰਤਾ ਦੋ ਸ਼ਬਦ ਨੇ। ਨਿਮਰ ਹੋਣਾ ਜ਼ਰੂਰੀ ਹੈ ਪਰ ਹੀਣਤਾ ਆ ਜਾਏ ਬੰਦਾ ਢਹਿੰਦੀ ਕਲਾ ਚਲਾ ਜਾਂਦਾ। ਹੀਣਤਾ ਵਾਲਾ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਜਿਹਦੇ ਅੰਦਰ ਹੀਣਤਾ ਆ ਜਾਏ ਨਾ। ਚਲੋ ਇੱਕ ਇਤਿਹਾਸ ਦੀ ਘਟਨਾ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਿੱਖ, ਉਹਨਾਂ ਦੀ ਗਿਣਤੀ ਜਿਹੜੇ ਨਾਮ ਦਿੱਤੇ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ, ਉਹਦੇ ਵਿੱਚ ਇੱਕ ਪੰਡਿਤ ਜੀ ਦਾ ਬ੍ਰਾਹਮਣ ਦਾ ਨਾਮ ਦਿੱਤਾ, ਉਹਦੇ ਲਈ ਸ਼ਬਦ ਦੇਵਤਾ ਵਰਤਿਆ ਹੈ। ਭਾਈ ਸਾਹਿਬ ਲਿਖਦੇ ਆ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਸਤਿਗੁਰ ਪੂਰੈ ਕਿਰਪਾ ਤਾਰੀ। ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਭਾਈ ਜੋਧ ਗੁਰੂ ਕਾ ਲਾਂਗਰੀ ਹੈ, ਰਸੋਈਆ ਦਰ ਤੇ ਲਾਂਗਰੀ ਕਰਾਂਗੇ। ਉਹਨੇ ਗੁਰੂ ਦੀ ਸੇਵਾ ਕਰ ਕਰਕੇ ਇਸ ਨਾ ਤਰਨ ਜਾਣ ਵਾਲੇ ਸੰਸਾਰ ਸਮੁੰਦਰ ਨੂੰ ਤਰ ਲਿਆ।
ਜਦੋਂ ਦਾਸ ਨੇ ਪੜ੍ਹਿਆ ਤੇ ਉਂਝ ਵੈਸੇ ਜਿਹਨੂੰ ਇਸ ਗੱਲ ਦਾ ਸ਼ੌਂਕ ਹੈ ਵੀ ਅਸੀਂ ਗੁਰੂ ਸਾਹਿਬ ਦੇ ਜਿਹੜੇ ਨੇੜੇ ਦੇ ਸਿੱਖ ਸਨ ਉਹਨਾਂ ਦੇ ਜੀਵਨ ਕੀ ਸਨ, ਉਹ ਕਿੱਥੋਂ ਦੇ ਸਨ, ਕਿਉਂਕਿ ਭਾਈ ਸਾਹਿਬ ਨੇ ਸਿਰਫ ਨਾਂ ਦਿੱਤੇ ਆ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਭਲਾ ਰਬਾ ਵਜਾਇ ਦਾ ਮਜਲਤ ਮਰਦਾਨਾ ਮਿਜ਼ਰਾ ਮਿਰਾਸੀ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਉਹਨਾਂ ਨੇ 6 ਗੁਰੂ ਸਾਹਿਬਾਨ ਤੱਕ ਜਿਹੜੇ ਮੁਖੀ ਸਿੱਖ ਦਾ ਅਰਥ ਦੌਲਤ ਕਰਕੇ ਨਹੀਂ, ਜਿਹੜੇ ਜੀਵਨ ਵਿੱਚ ਉੱਚੇ ਸਨ ਉਹਨਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਤੇ ਕਈਆਂ ਦੀ ਜ਼ਾਤ ਤੇ ਬਰਾਦਰੀ ਦਾ ਵੀ ਜ਼ਿਕਰ ਕੀਤਾ। ਉਹ ਸਿੱਖਾਂ ਦਾ ਜੀਵਨ ਪੜ੍ਹਨਾ ਤੇ ਫਿਰ ਇੱਕ ਕਿਤਾਬ ਹੈ ਸਿੱਖਾਂ ਦੀ ਭਗਤ ਮਾਲ, ਕਿਹਾ ਜਾਂਦਾ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਲਿਖੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਪਹਿਲਾਂ ਐਡਿਟ ਕੀਤੀ ਸੀ, ਹੁਣ ਤਾਂ ਯੂਨੀਵਰਸਿਟੀ ਨੇ ਵੀ ਕਾਫੀ ਭਾਈ ਸਿੱਖਾਂ ਦੀ ਭਗਤ ਮਾਲ, ਉਹ ਇੱਕ ਇੱਕ ਸਿੱਖ ਦਾ ਨਾਮ ਫਿਰ ਉਹਦਾ ਪੂਰਾ ਵੇਰਵਾ ਦਿੱਤਾ ਕੌਣ ਸੀ ਇਹ ਤੁਕ ਕਿਉਂ ਭਾਈ ਸਾਹਿਬ ਨੇ ਲਿਖੀ। ਹੁਣ ਜਦੋਂ ਇਹ ਆਇਆ ਜੋਧ ਰਸੋਈਏ ਰਸੋਈਆ ਦੇਵਤਾ ਸ਼ਬਦ ਆਇਆ, ਭਾਈ ਜੋਧ ਰਸੋਈਏ ਦੇ ਲਫ਼ਜ਼ੀ ਅਰਥ ਲਾਂਗਰੀ ਰਸੋਈ ਚ ਕੰਮ ਕਰਨ ਵਾਲਾ, ਦੇਵਤੇ ਦਾ ਲਫ਼ਜ਼ੀ ਅਰਥ ਯਾਦ ਰੱਖਿਓ ਅਸੀਂ ਬ੍ਰਹਮਾ ਵਿਸ਼ਨ ਮਹੇਸ਼ ਕਰਨੇ ਆ। ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਚ ਦੇਵਤੇ ਦਾ ਅਰਥ ਕੀਤਾ ਜਿਹੜਾ ਚੰਗੇ ਕੰਮ ਕਰਦਾ, ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਜਿਹੜਾ ਚੰਗੇ ਕੰਮ ਕਰਦਾ ਪੁਰਖ ਉਹਨੂੰ ਦੇਵਤਾ ਕਿਹਾ ਜਾਂਦਾ। ਦੇਵ ਦਾ ਲਫ਼ਜ਼ੀ ਅਰਥ ਪ੍ਰਕਾਸ਼ ਵੀ ਹੁੰਦਾ ਜੀ, ਦੇਵ ਦਾ ਲਫ਼ਜ਼ੀ ਅਰਥ ਜਿਵੇਂ ਮਹਾਰਾਜ ਨੇ ਗੁਰੂ ਲਈ ਵੀ ਸ਼ਬਦ ਵਰਤਿਆ ਗੁਰ ਜੈਸਾ ਨਾਹੀ ਕੋ ਦੇਵ, ਪਰ ਦੂਜੇ ਪਾਸੇ ਇਹ ਵੀ ਕਿਹਾ ਜਿਨ ਮਾਨਸ ਤੇ ਦੇਵ ਤੇ ਕੀ ਹੈ, ਰੂਹਾਨੀਅਤ ਨਾਲ ਭਰ ਦਿੱਤੇ। ਇਹ ਸੀ ਜ਼ਾਤ ਦਾ ਬ੍ਰਾਹਮਣ ਸੀ ਜੀ, ਤੇ ਅੰਦਰ ਇਹਦੇ ਇੱਕ ਸਿੱਖ ਸੀ ਸੱਚ ਨੂੰ ਪਾਣ ਦੀ, ਅਭਿਲਾਸ਼ਾ ਸੀ, ਤਾਲਬ ਸੀ ਇਹ ਵੀ ਅੰਦਰ ਦਾ ਰਸ ਪ੍ਰਭੂ ਨਾਲ ਮਿਲਣਾ। ਬੀਜ ਨਾਸ ਕਦੀ ਨਹੀਂ ਹੁੰਦਾ, ਨਾ ਸੀ ਨਾ ਹੈ ਤੇ ਨਾ ਕਦੀ ਹੋਏਗਾ। ਉਹ ਘੁੰਮਦਾ ਕਮਾਉਂਦਾ ਫਿਰਦਾ ਫਰਾਂਦਾ ਖਡੂਰ ਸਾਹਿਬ ਆ ਗਿਆ। ਗੁਰੂ ਸਾਹਿਬ ਦੇ ਦਰਬਾਰ ਚ ਉਹਨਾਂ ਕੀਰਤਨ ਸੁਣਿਆ। ਮੈਂ ਬੇਨਤੀ ਕਰਨ ਲੱਗਾ ਨਿਮਰਤਾ ਤੇ ਹੀਣਤਾ ਇਹਦਾ ਵੀ ਜ਼ਰੂਰ ਆਪਾਂ ਸਮਝ ਲਈਏ। ਮਹਾਰਾਜ ਦੇ ਪਵਿੱਤਰ ਦਰਬਾਰ ਚ ਆ ਗਿਆ, ਸੰਗਤ ਚ ਉਹਨੇ ਕੀਰਤਨ ਕਥਾ ਬਾਣੀ ਸੁਣੀ, ਪੰਗਤ ਵਿੱਚ ਗਿਆ ਜਾ ਕੇ ਪ੍ਰਸ਼ਾਦਾ ਛਕਿਆ। ਪਹਿਲੇ ਦਿਨ ਹੀ ਅੰਦਰ ਨੂੰ ਮਹਿਸੂਸ ਹੋ ਗਿਆ ਵੀ ਇਸ ਦਰਬਾਰ ਵਿੱਚੋਂ ਮੇਰੇ ਅੰਦਰ ਦੇ ਦੁੱਖ ਦੂਰ ਹੋਣਗੇ। ਗੁਰੂ ਅੰਗਦ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਂਝ ਇਤਿਹਾਸ ਵੀ ਹੈ ਜੀ ਕਿ ਗੁਰਦੇਵ ਜਦੋਂ ਆਪਣਾ ਸੁਭਾ ਦਰਵਾਜ਼ਾ ਖੋਲਦੇ ਆ ਤੇ ਆਤੁਰ ਬੰਦੇ ਦੁਖੀ ਬੰਦੇ ਉਹਨਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ ਤੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਝਰਦਾ ਸੀ। ਗੁਰੂ ਅੰਗਦ ਸਾਹਿਬ ਦੇ ਦੇਖਣ ਨਾਲ ਵੀ ਜਨਮ ਮਰਨ ਕੱਟਿਆ ਜਾਂਦਾ ਸੀ। ਦੇਖੋ ਸਾਖੀ ਨਿਕਲੀ ਹੋਵੇ ਸਿਫਤ ਖਸਮ ਦੀ, ਇਹ ਸਤੁਕਾਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੀ ਸਿਫਤ ਵਿੱਚ ਨੇ ਕਿ ਗੁਰੂ ਅੰਗਦ ਦੇਵ ਜੀ ਅੰਮ੍ਰਿਤ ਦ੍ਰਿਸ਼ਟ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੂੰ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਅੰਗਦ ਸਾਹਿਬ ਲਈ ਆ ਵੀ ਤੁਕ ਜਿਹੜਾ ਸਵਈਆ, ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਅਮੈ ਦ੍ਰਿਸ਼ਟ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਬੰਦੇ ਦੇ ਸਾਰੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਗੁਰੂ ਅੰਗਦ ਸਾਹਿਬ ਤੇ ਇਹ ਬਰਾਬੀ ਨੂਰ ਸੀ। ਅਮੈ ਦ੍ਰਿਸ਼ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ, ਇਹ ਜਿਹੜੀਆਂ ਤਾਕਤਾਂ ਨਹੀਂ ਕਾਬੂ ਆਉਂਦੀਆਂ ਗੁਰੂ ਅੰਗਦ ਦੇਵ ਜਦੋਂ ਅੰਮ੍ਰਿਤ ਦ੍ਰਿਸ਼ਟੀ ਕਰਦੇ ਆ ਬੰਦੇ ਦੇ ਅੰਦਰ ਦੀ ਵਾਸ਼ਨਾ ਕਾਬੂ ਚ ਆ ਜਾਂਦੀ ਹੈ। ਵਸ ਕਰੈ ਸਬੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵਨੀ ਦਰਿਆਉ ਜਨਮ ਹਮ ਕਾਲਕ ਤੋਵੈ। ਅਗਲਾ ਜਿਹੜਾ ਤੋਕੇ ਨਾ ਜੀ, ਮੈਨੂੰ ਕਿਸੇ ਨੇ ਕਿਹਾ ਸੀ ਮੈਂ ਤੁਹਾਨੂੰ ਸੁਣਾਉਣ ਲੱਗਾ, ਮੈਂ ਵੀ ਪਾਠ ਕਰਦਾ ਸਾਂ, ਸੋ ਕਹੋ ਟਲ ਗੁਰ ਸੇਵੀਐ, ਬੜੇ ਪਿਆਰੇ ਸ਼ਬਦ ਕਿਸੇ ਗੁਰਮੁਖ ਕਹਿ ਭਾਈ ਸਾਹਿਬ ਇੱਥੇ ਸੱਸੇ ਨੂੰ ਔਂਕੜ ਲੱਗੀ ਖੋੜਾ ਨਹੀਂ ਲੱਗਾ, ਖੋੜਾ ਨਾ ਬੁਲਾਓ, ਸੋ ਨਹੀਂ ਹੈਗਾ, ਸੱਸੇ ਨੂੰ ਔਂਕੜ ਲੱਗੀ ਸੋ ਤੇ ਸੋ ਬੜਾ ਫਰਕ ਹੈ ਨਾ ਜੀ। ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹਨੇ ਮਹਾਰਾਜ ਦੇ ਦਰਸ਼ਨ ਕੀਤੇ, ਅੰਦਰ ਟਿਕ ਗਿਆ,
ਪਰ ਅੰਦਰੋਂ ਇੱਕ ਕੀੜਾ ਨਿਕਲੇ ਘੜੀ ਪਿੱਛੋਂ ਹੰਕਾਰ ਦਾ, ਮੈਂ ਬ੍ਰਾਹਮਣ ਇਹ ਤਾਂ ਪੰਗੇ ਸਾਰੇ ਬੈਠੇ ਅੰਦਰ ਨਾਲ ਹੀ ਯੁੱਧ ਕਰਦਾ ਰਿਹਾ ਵੀ ਤੂੰ ਇੱਥੇ ਰਵੇਂਗਾ, ਇੱਕੋ ਥਾਂ ਰੋਟੀ ਖਾਂਦੇ ਹਾਂ, ਇੱਕੋ ਥਾਂ ਹੁੰਦਾ, ਇਹ ਕੀ ਚੱਲ ਰਿਹਾ ਚੱਕਰ ਸਾਰਾ। ਬਸ ਲੜੀ ਗਿਆ ਮਨ ਨਾਲ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ, ਕੀਰਤਨ ਸੁਣਿਆ, ਗੁਰੂ ਅੰਗਦ ਦੇਵ ਦੇ ਦਰਸ਼ਨ ਕੀਤੇ, ਮਹਾਰਾਜ ਨੇ ਨਜ਼ਰ ਭਰ ਕੇ ਦੇਖਿਆ, ਬਸ ਰਾਤ ਵਾਲੀ ਸਾਰੀ ਦੁਬਦਾ ਪੱਟ ਦਿੱਤੀ। ਮਨ ਨੇ ਕਿਹਾ ਨਹੀਂ, ਸੰਗਤ ਦੀਆਂ ਜੂਠੀਆਂ ਪਤਲਾਂ ਦੀ ਸੇਵਾ ਮੈਂ ਕਰਿਆ ਕਰਾਂਗਾ, ਇਹ ਖੌਮੇ ਮਰੇਗੀ, ਇਹ ਖੌਮੇ ਨਾ, ਮੈਂ ਬ੍ਰਾਹਮਣ ਆ, ਇਸ ਮੈਂ ਦੈਂਤ ਨੂੰ ਜਾਤ ਪਾਤ ਦੇ ਦੈਂਤ ਨੂੰ ਜੜ ਤੋਂ ਅੰਦਰੋਂ ਕੱਢ ਦਿਆਂਗਾ। ਇਹ ਮਾਤਾ ਖੀਵੀ ਜੀ ਕੋਲ ਚਲੇ ਗਏ, ਇਤਿਹਾਸ ਸਾਡੇ ਨੇ ਇਹਦਾ ਜ਼ਿਕਰ ਕੀਤਾ ਮਾਤਾ ਜੀ ਨਾਲ ਸੇਵਾ ਕਰਨ ਦਾ। ਤੇ ਮਾਂ ਜੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਤਾ ਖੀਵੀ ਜੀ ਇੰਨਾ ਮਿੱਠਾ ਬੋਲਦੇ ਸਨ, ਕਹਿੰਦੇ ਸੱਚੀ ਲਓ ਇੰਨੇ ਠੰਡੇ ਸਨ, ਹਾਲਾਂ ਪੁੱਤਰ ਤੇ ਉਹਨਾਂ ਦੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਨੇ ਬੀਬੀ ਅਮਰੂ ਦਾ ਅਸੀਂ ਜ਼ਿਕਰ ਕਰਨੇ ਖਾਂ ਦੇਖੋ, ਪਰ ਕਹਿੰਦੇ ਇੰਨੇ ਮਿੱਠੇ ਸਨ ਮਾਤਾ ਜੀ ਕਿ ਕੋਈ ਬੰਦਾ ਜਿਹਦਾ ਮਾਂ ਬਾਪ ਯਤੀਮ ਬੰਦਾ ਵੀ ਜਦੋਂ ਮਾਤਾ ਖੀਵੀ ਦੇ ਕੋਲ ਇੱਕ ਵਾਰੀ ਬਹਿ ਜਾਂਦਾ ਸੀ ਨਾ, ਉਹਨਾਂ ਦਾ ਔਰਾ ਇੰਨੇ ਕਮਾਲ ਦਾ ਸੀ, ਹਰ ਬੰਦੇ ਨੂੰ ਮਹਿਸੂਸ ਹੁੰਦਾ ਸੀ ਮੇਰੀ ਮਾਂ ਮੇਰੇ ਸਿਰ ਤੇ ਖਲੋਤੀ ਹੈ। ਭਾਈ ਸਾਹਿਬ ਜਿਹਨੇ ਵੀ ਜ਼ਿਕਰ ਕੀਤਾ, ਗੁਰੂ ਕੇ ਰਬਾਬੀਆਂ ਨੇ ਕਿਹਾ ਮਾਤਾ ਖੀਵੀ ਕੋਲ ਇੰਨੀ ਠੰਡ ਮਿਲਦੀ ਏ ਜਿਵੇਂ ਜੇਠ ਹਾੜ ਦੇ ਤਪਦੇ ਮਹੀਨੇ ਵਿੱਚ ਸੰਘਣੇ ਪੱਤਰਾਂ ਵਾਲੇ ਰੁੱਖ ਦੀ ਛਾਂ ਵਿੱਚੋਂ ਠੰਡ ਮਿਲਦੀ ਹੈ। ਬਲਵੰਡ ਖੀਵੀ ਨੇਕ ਜਨ, ਚੰਗੀ ਇਸਤਰੀ ਹੈ ਮਾਤਾ ਖੀਵੀ, ਜਿਸ ਬਹੁਤੀ ਛਾਂ ਪਤਰਾਲੀ, ਪਤਰਾਲੀ ਦਰਦ ਪੱਤਰ ਜੀ, ਹਾਂਜੀ, ਇਹ ਸੰਘਣੇ ਪੱਤਰ ਜਿੱਥੇ ਜਿਹਦੀ ਕੋਈ ਵਿਰਲੀ ਨਹੀਂ, ਸੂਰਜ ਦੀ ਕਿਰਨ ਨਹੀਂ ਆਉਂਦੀ, ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ, ਮਾਤਾ ਖੀਵੀ ਜੀ ਲੰਗਰ ਵੰਡਦੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਤਾਂ ਕਹਿੰਦੇ ਸਨ ਲੋੜਵੰਦਾਂ ਦੀ ਜੇਬ ਵੇਖ ਕੇ ਸੁੱਤਿਆਂ ਜੇਬ 'ਚ ਪੈਸੇ ਪਾ ਦਿੰਦੇ ਸਨ, ਮਾਤਾ ਜੀ ਵੀ ਇਸ ਨੂੰ ਲੋੜ ਹੈ। ਤੇ ਜਿਹੜੀ ਖੀਰ ਬਣਦੀ ਸੀ ਉਹ ਘਿਓ ਬਣਾ ਕੇ ਖੀਰ ਬਣਾਉਂਦੇ ਸਨ। ਆਪ ਸਭ ਨੂੰ ਪਤਾ ਹੋਵੇ ਖਡੂਰ ਜਿਹੜੇ ਉਸ ਇਲਾਕੇ ਦੇ ਸੱਜਣ, ਉੱਥੇ ਹਰ ਰੋਜ਼ ਖੀਰ ਬਣਦੀ, ਕਈ ਪਿੰਡ ਬਾਬਾ ਸੇਵਾ ਸਿੰਘ ਜੀ ਹੋਣੀ, ਤੁਹਾਨੂੰ ਪਤਾ ਸੇਵਾ ਖਾਂਦੇ ਆ, ਤੇ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖੀਰ ਤੋਂ ਕੋਈ ਦਿਨ ਖਾਲੀ ਨਹੀਂ ਜਾਂਦਾ ਉਦਣ ਉੱਥੇ। ਉਹਨੇ ਜੀ ਮੈਂ ਗੱਲ ਮੁਕਾਵਾਂ, ਸੇਵਾ ਲੈ ਲਈ, ਮਾਤਾ ਜੀ ਦੇ ਕੋਲ ਆ ਗਿਆ, ਕਹਿਣ ਲੱਗਾ ਮਾਂ ਮੈਨੂੰ ਸੇਵਾ ਦੇ। ਬਸ ਜੀ ਬਾਹਮਣਾ ਵਾਲਾ ਜਿਹੜਾ ਅਸੀਂ ਕੱਪੜੇ ਕੁਪੜੇ ਪਰਾਂ ਛੱਡੇ ਕਰਕੇ ਕਮਰ ਕੱਸਾ ਲੰਗਰ 'ਚ ਖਲੋ ਗਿਆ। ਲੰਗਰ ਹੱਥੀ ਪਕਾਉਣਾ, ਦਾਲ ਸਬਜ਼ੀ ਭਾਜੀ ਸਭ ਕੁਝ ਬਣਾਉਣਾ, ਲੱਕੜਾਂ ਲਿਆਉਣੀਆਂ, ਪਰ ਇਹ ਕੀ ਕਰੇ, ਕੁਝ ਦਿਨ ਬਾਅਦ ਇਹਨੇ ਰੋਟੀ ਖਾਣੀ ਛੱਡ ਦਿੱਤੀ, ਲੰਗਰ ਨਾ ਖਾਏ ਸ਼ਕੇ ਭਾਈ ਜੋਤ। ਇਹਨੇ ਹੋਇਆ ਕਿ ਜੀ ਜਦੋਂ ਲੰਗਰ ਵਰਤਾਏ, ਜਦੋਂ ਲੰਗਰ ਪਕਾਏ, ਅੰਦਰੋਂ ਫਿਰ ਉਹ ਦੈਂਤ ਬੋਲ ਪਵੇ ਮੈਂ ਬ੍ਰਾਹਮਣ। ਉਹਨੇ ਕਿਹਾ ਹੁਣ ਤੈਨੂੰ ਕਾਬੂ ਕਿਵੇਂ ਕਰਾਂ, ਮੈਂ ਤਾਂ ਫਿਜ਼ੀਕਲ ਤੌਰ ਤੇ ਕੰਮ ਵੀ ਕਰ ਰਿਹਾ। ਫਿਰ ਉਹਨੇ ਕੀ ਕੀਤਾ ਜੀ, ਸੰਗਤ ਦੀਆਂ ਪੱਤਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ, ਉਹਨੂੰ ਸਾਫ਼ ਥਾਂ ਤੇ ਰੱਖਣਾ, ਜਦੋਂ ਸੰਗਤ ਨੇ ਚਲੇ ਜਾਣਾ ਉਹਨਾਂ ਪੱਤਲਾਂ ਵਿੱਚੋਂ ਚਿੜੀ ਚੋਗਾ ਖਾਣਾ ਸ਼ੁਰੂ ਕਰ ਦਿੱਤਾ। ਜਿਹੜਾ ਬਚਿਆ ਹੁਣ ਨਾ ਦਾਲ ਸਬਜ਼ੀ ਭਾਜੀ, ਉਹਨੂੰ ਇਕੱਠਾ ਕਰਕੇ ਇੱਕ ਪੱਤਲ 'ਚ ਪਾ ਲੈਣਾ, ਫਿਰ ਉਹਨੂੰ ਮੂੰਹ 'ਚ ਪਾ ਕੇ ਜਾਂ ਖਾ ਲੈਣਾ। ਮਾਤਾ ਜੀ ਨੇ ਦੇਖਿਆ ਵੀ ਇਹ ਜੋਤ ਪ੍ਰਸ਼ਾਦਾ ਨਹੀਂ ਛੱਕ ਰਿਹਾ। ਇੱਕ ਦਿਨ ਕੀ ਦੇਖਿਓ ਨੇ, ਭਾਈ ਜੋਤ ਪਰਦਾ ਕਰਕੇ ਸਾਰੀਆਂ ਜਿਹੜੀਆਂ ਜੂਠੀਆਂ ਪੱਤਲਾਂ ਸਨ ਉਹਨਾਂ ਵਿੱਚੋਂ ਚੁਣ ਚੁਣ ਕੇ ਖਾਏ ਪਿਆ। ਮਾਤਾ ਜੀ ਨੇ ਰੋਕਿਆ, ਕਹਿਣ ਲੱਗੇ ਨਾ ਜੋਤ, ਗੁਰੂ ਘਰ 'ਚ ਲੰਗਰ ਤੈਨੂੰ ਮਿਲਦਾ ਨਹੀਂ? ਕਹਿੰਦਾ ਨਹੀਂ ਮਾਂ, ਲੰਗਰ ਦੀ ਤੇ ਕੋਈ ਕਮੀ ਨਹੀਂ, ਅੰਦਰ ਇੱਕ ਦੈਂਤ ਜਿਹੜਾ ਮੈਨੂੰ ਪੰਗਤ 'ਚ ਨਹੀਂ ਬੈਠਣ ਦਿੰਦਾ ਉਹਨੂੰ ਸਜ਼ਾ ਦੇਣਾ ਪਿਆ। ਕਹਿੰਦਾ ਜੂਠਿਆ, ਤੈਨੂੰ ਜੂਠ ਹੀ ਦਿਆਂਗਾ, ਮੇਰੇ ਅੰਦਰੋਂ ਖੌਮੇ ਦਾ ਆ ਬ੍ਰਾਹਮਣ ਹੋਣ ਦਾ ਉੱਚੀ ਜ਼ਾਤ ਦਾ ਦੈਂਤ ਮੈਨੂੰ ਟਿਕਣ ਨਹੀਂ ਦਿੰਦਾ। ਮਾਤਾ ਜੀ ਨੇ ਗੱਲ ਬਾਬਾ ਬੁੱਢਾ ਸਾਹਿਬ ਨਾਲ ਕੀਤੀ। ਬਾਬਾ ਜੀ ਆਏ, ਉਹਨਾਂ ਕਿਹਾ ਵੀ ਦੇਖੋ ਭਾਈ ਜੋਤ, ਇਹ ਨਹੀਂ ਗੁਰੂ ਘਰ 'ਚ ਸਵੀਕਾਰ ਇਸ ਤਰ੍ਹਾਂ। ਅੱਖਾਂ ਭਰ ਰਹੀਆਂ, ਕਹਿੰਦੇ ਮੈਨੂੰ ਮੇਰੇ ਅੰਦਰ ਦਾ ਪਤਾ। ਫਿਰ ਗੱਲ ਪਹੁੰਚਦੀ ਗੁਰੂ ਅੰਗਦ ਸਾਹਿਬ ਜੀ ਕੋਲ ਚਲੀ ਗਈ। ਮਾਤਾ ਜੀ ਨੇ ਘਰ ਗੱਲ ਕੀਤੀ, ਸਤਿਗੁਰੂ ਜੋ ਦਿਨ ਰਾਤ ਹੱਡ ਭੰਨਵੀਂ ਸੇਵਾ ਕਰਦਾ, ਸਿਮਰਨ ਕਰਦਾ, ਕਿਸੇ ਨਾਲ ਨਹੀਂ ਬੋਲਦਾ, ਪਰ ਪੱਤਲਾਂ ਵਿੱਚੋਂ ਸੀਤ ਛੱਕਦਾ ਹੈ, ਝੂਠ।
ਗੁਰੂ ਅੰਗਦ ਸਾਹਿਬ ਜੀ ਆਏ ਜੀ, ਇਹ ਪੰਗਤ ਚ ਪ੍ਰਸ਼ਾਦਾ ਵਰਤਾ ਰਿਹਾ ਸੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਆਉਂਦੇ ਆ, ਭਾਈ ਜੋਤ ਜਦੋਂ ਸਾਹਮਣੇ ਆਉਂਦੇ ਨੇ ਉਹਨਾਂ ਦੀ ਬਾਂਹ ਪਕੜਦੀ, ਕਹਿਣ ਲੱਗੀ ਜੋਤ ਜੀ ਹਜ਼ੂਰ ਬੈਠ ਮੇਰੇ ਕੋਲ। ਬੈਠ ਗਏ, ਕਹਿੰਦੇ ਲੰਗਰ ਕਿੱਥੋਂ ਛਕਦੇ ਹੋ, ਪ੍ਰਸ਼ਾਦਾ ਕਿੱਥੋਂ ਛਕਦੇ ਹੋ ਤੁਸੀਂ। ਇਤਿਹਾਸ ਕਹਿੰਦਾ ਹੈ ਮਹਾਰਾਜ ਜਦੋਂ ਇਹ ਸਵਾਲ ਕੀਤਾ ਗੁਰੂ ਅੰਗਦ ਸਾਹਿਬ ਦੇ ਨੇਤਰ ਸੇਜਲ ਹੋ ਗਏ, ਕਿੱਥੋਂ ਛਕਦੇ ਹੋ। ਕਹਿੰਦੇ ਨੇ ਦਾਤਾ ਆਪ ਜਾਣਕਾਰ ਹੋ, ਬੜਾ ਯਤਨ ਕਰਨਾ ਪਿਆ, ਅੰਦਰੋਂ ਖੌਮੇ ਨਹੀਂ ਜਾਂਦੀ ਪਈ। ਮੈਂ ਫਿਜ਼ੀਕਲ ਤੌਰ ਤੇ ਸੇਵਾ ਕਰ ਰਿਹਾ, ਭਾਂਡੇ ਚੁੱਕ ਰਿਹਾ, ਪਰ ਅੰਦਰੋਂ ਫਿਰ ਕਿਤੇ ਨਾ ਕਿਤੇ ਫੁਰਨਾ ਉੱਠ ਪੈਂਦਾ, ਤੂੰ ਬ੍ਰਾਹਮਣ, ਬਸ ਮੈਂ ਉਸ ਚੀਜ਼ ਨੂੰ ਕੱਢਣਾ ਚਾਹੁੰਦਾ। ਇਤਿਹਾਸ ਕਹਿੰਦਾ ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰਿਆ ਸੀਸ ਉੱਤੇ ਹੱਥ ਰੱਖਿਆ, ਨਾਲ ਕਹਿਣ ਲੱਗੇ ਭਾਈ ਇਹ ਨਿਮਰਤਾ ਨਹੀਂ, ਇਹ ਹੀਣਤਾ ਬਣਦੀ ਜਾਂਦੀ ਹੈ, ਇਹ ਹੀਣਤਾ ਬਣ ਚੱਲੀ ਹੈ। ਤੂੰ ਸੇਵਾ ਕਰਨਾ ਹੈ, ਤੂੰ ਲੰਗਰ ਵਿੱਚ ਬੈਠਾ ਹੈ, ਹੀਣਤਾ ਵੀ ਜਾਏਗਾ ਤੇ ਅੰਦਰ ਬਿਲਕੁਲ ਇੱਕ ਮੈਲੇ ਭੈ ਵੀ ਚਲਾ ਜਾਏਗਾ, ਡਰੀ ਜਾਏਗਾ, ਡਰੀ ਜਾਏਗਾ, ਤੇਰੇ ਸੁਰਤ ਐਸਤਾ ਐਸਤਾ ਢਿੰਦੀ ਕਲਾ ਵੱਲ ਜਾਏਗੀ, ਨਹੀਂ ਤੇਰੇ ਅੰਦਰ ਬਖਸ਼ਿਸ਼ ਹੈ ਰੱਬ ਦੀ। ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰੀ ਦ੍ਰਿਸ਼ਟੀ ਕੀਤੀ, ਕਹਿੰਦੇ ਨੇ ਅੰਦਰ ਉਸੇ ਵਕਤ ਨਾਮ ਦੀ ਰੋਂ ਚੱਲਣ ਲੱਗ ਪਈ, ਬਸ ਉਹ ਹਉਮੈ ਦਾ ਪਰਦਾ ਦੂਰ ਕਰ ਦਿੱਤਾ, ਅੰਦਰ ਨਿਰੰਤਰ ਨਾਮ ਚੱਲੇ। ਜਦੋਂ ਸਤਿਗੁਰੂ ਜੀ ਦੇ ਕੋਲ ਬੈਠ ਗਿਆ ਮਹਾਰਾਜ ਜੀ ਨੇ ਜੀ ਫਿਰ ਪ੍ਰਸ਼ਾਦ ਮੰਗਾਇਆ, ਲੰਗਰ ਆਇਆ, ਕਹਿਣ ਲੱਗੇ ਤੂੰ ਵਰਤਾਣਾ ਛੱਡ, ਕੋਲ ਬਿਠਾ ਕੇ ਆਪਣੇ ਹੱਥਾਂ ਨਾਲ ਕੋਰ ਤੋੜ ਕੇ ਕਹਿਣ ਲੱਗੇ ਕਰ ਮੂੰਹ। ਭਾਈ ਜੋਤ ਦੇ ਨੇਤਰ ਭਿੱਜ ਗਏ ਮਹਾਰਾਜ ਜੀ ਦੇ ਵੱਲ ਦੇਖ ਕੇ, ਬਸ ਉਹ ਕੋਰ ਇਹ ਬੁਰਕੀ ਕੀ ਪਾਈ, ਅੰਦਰ ਦੀ ਬਖਸ਼ਿਸ਼ ਵਰਤ ਗਈ। ਭਾਈ ਜੋਤ ਲੰਗਰ ਚ ਬਹਿ ਕੇ ਹੁਣ ਪ੍ਰਸ਼ਾਦ ਛਕਦੇ ਆ, ਨਿਮਰਤਾ ਵਿੱਚ ਰਹਿੰਦੇ ਆ। ਜੇ ਕਿਸੇ ਨੇ ਹੱਸ ਕੇ ਪੁੱਛ ਲਿਆ ਵੀ ਹੁਣ ਤੂੰ ਚਿੜੀ ਚੋਗਾ ਨਹੀਂ ਖਾਂਦਾ, ਇਹਦਾ ਮਤਲਬ ਬੱਚੇ ਦਾਣੇ ਨਹੀਂ ਹੁਣ ਖਾਂਦਾ, ਕਹਿਣ ਲੱਗਾ ਨਹੀਂ ਉਦੋਂ ਝੂਠਾ ਸੀ ਅੰਦਰ ਤੇ ਝੂਠ ਪਹੁੰਚਾਉਂਦਾ ਸਾਂ, ਹੁਣ ਸੱਚ ਜੀ ਦਾ ਸੁੱਚਾ ਆ ਗਿਆ ਤੇ ਉਹਨੂੰ ਭੋਜਨ ਵੀ ਸੁੱਚਾ ਛਕਾਉਂਦਾ ਵਾ। ਮੇਰੇ ਕਹਿਣ ਤੋਂ ਮੁਰਾਦ ਹੀਣਤਾ ਵਿੱਚ ਤੇ ਨਿਮਰਤਾ 'ਚ ਫਰਕ ਹੈ। ਇੱਥੇ ਜਿਹੜਾ ਸ਼ਬਦ ਗੁਰਦੇਵ ਨੇ ਗਰੀਬੀ ਵਰਤਿਆ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿੰਦੀ ਹੇ ਸੱਜਣ ਮੈਂ ਤੇਰੇ ਚਰਨਾਂ ਦੀ ਧੂਰ ਬਣ ਜਾ। ਯਾਦ ਰੱਖਿਓ, ਬਸ ਇਸ ਕਰਕੇ ਜੀ ਬੋਲ ਰਹੇ ਪਏ ਹਾਂ, ਜਿਹੜਾ ਬੰਦਾ ਧੂੜ ਬਣੇਗਾ, ਫਿਰ ਬੇਨਤੀ ਸੁਣਿਓ, ਉਹਦੇ ਜੀਵਨ 'ਚ ਰੂਹਾਨੀ ਤਬਦੀਲੀ ਆਏਗੀ। ਇਕੱਲਾ ਬਾਹਰ ਮੁਖੀ ਨਹੀਂ ਰਹੇਗਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਮਹਾਰਾਜ ਕਹਿੰਦੇ ਸਭ ਤੋਂ ਉੱਚਾ, ਉਹਦੇ ਅੰਦਰੋਂ ਮੈਂ ਮੇਰੀ ਚਲੀ ਗਈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਹੇ ਪਰਮਾਤਮਾ ਪਹਿਲੀ ਮੇਰੇ ਤੇ ਕਿਰਪਾ ਕਰ, ਮੈਂ ਸਦੀਵ ਕਾਲ ਲਈ ਧੂੜ ਬਣ ਜਾਵਾਂ, ਚਰਨਾਂ ਦੀ ਧੂੜ। ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਹਾਲਾਂਕਿ ਧੂੜ ਦਾ ਕਨਸੈਪਟ ਐਵੇਂ ਅੱਜ ਕੱਲ੍ਹ ਅਸੀਂ ਕਹੀ ਜਾਂਦੇ ਹਾਂ ਨਾ ਜੀ, ਇਹ ਬਾਹਰ ਮੁਖੀ ਨਿਮਰਤਾ ਦਾ ਸੂਚਕ ਹੈ। ਗੁਰਮੁਖੋ, ਡਾਕਟਰ ਰਤਨ ਸਿੰਘ ਜੱਗੀ ਦਾ ਇੱਕ ਕੋਸ਼ ਹੈ ਲਿਖਿਆ ਉਹਨਾਂ ਦੋ ਭਾਗਾਂ 'ਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼, ਉਸ ਵਿੱਚ ਤੁਸੀਂ ਧੂੜ ਵਾਲਾ ਇੰਦਰਾਜ਼ ਕਦੀ ਪੜ੍ਹਿਓ। ਚਲੋ ਮੈਂ ਕਿਤਾਬ ਦਾ ਇਸ਼ਾਰਾ ਤਾਂ ਕਰ ਗਿਆ, ਮਨ 'ਚ ਹੁੰਦਾ ਜਾਣਕਾਰੀ ਲੈਣ ਲਈ, ਕਿਉਂਕਿ ਗੁਰਬਾਣੀ ਵਿੱਚ ਜਿਹੜਾ ਧੂੜ ਦਾ ਸ਼ਬਦ ਵਰਤਿਆ ਹੈ ਇਹ ਬਾਹਰ ਮੁਖੀ ਵੀ ਅਸਰ ਕਰਦਾ ਹੈ। ਇਹ ਨਹੀਂ ਇਕੱਲਾ ਵੀ ਨਿਮਰਤਾ ਦਾ ਕਹਿ ਦਿੱਤਾ, ਪਾਣੀ ਦਾ ਨਹੀਂ ਨਾ ਜ਼ਿਕਰ ਕੀਤਾ, ਸਭ ਤੋਂ ਜ਼ਿਆਦਾ ਨਿਮਰਤਾ ਵਿੱਚ ਗੁਰਦੇਵ ਨੇ ਮਿੱਟੀ ਦਾ ਧੂੜ ਦਾ ਜ਼ਿਕਰ ਕੀਤਾ। ਉਸ ਵਿੱਚ ਡਾਕਟਰ ਜੱਗੀ ਲਿਖਦੇ ਆ ਕਿ ਜਦੋਂ ਵੀ ਜਿੱਥੇ ਸੰਗਤ ਹੁੰਦੀ ਹੈ, ਜਿੱਥੇ ਪ੍ਰਭੂ ਦੇ ਨਾਮ ਦਾ ਚਿੰਤਨ ਹੈ, ਕੀਰਤਨ ਹੈ, ਪਿਆਰੇ ਪਰਮਾਤਮਾ ਦੇ ਬੈਠੇ ਆ, ਕਹਿੰਦੇ ਤੰਤਰ ਸ਼ਾਸਤਰ ਦਾ ਉਹਨਾਂ ਜ਼ਿਕਰ ਕੀਤਾ। ਉਹ ਕਹਿੰਦਾ ਵੀ ਜਦੋਂ ਰੂਹਾਨੀ ਇਨਸਾਨ ਨਗਨ ਪੈਰ ਮਿੱਟੀ ਉੱਤੇ ਤੁਰਦਾ, ਉਹਦੇ ਪੈਰਾਂ ਦੇ ਵਿੱਚੋਂ ਜਿਹੜੀ ਐਨਰਜੀ ਖਾਰਜ ਹੁੰਦੀ ਹੈ ਉਹ ਮਿੱਟੀ ਉੱਤੇ ਅਸਰ ਕਰ ਜਾਂਦੀ ਹੈ, ਉਸ ਮਿੱਟੀ ਨੂੰ ਚੁੱਕ ਕੇ ਜਦੋਂ ਕੋਈ ਆਪਣੇ ਮੱਥੇ ਤੇ ਲਾਉਂਦਾ ਉਸ ਮਿੱਟੀ ਵਿੱਚ ਵਰਤਦੀ ਕੋਈ ਐਨਰਜੀ ਬੰਦੇ ਦੇ ਲੇਖ ਬਦਲ ਕੇ ਰੱਖ ਜਾਂਦੀ ਹੈ। ਇਕੱਲੀ ਮਿੱਟੀ ਥੋੜਾ। ਫਿਰ ਇੱਕ ਸਵਾਲ ਉੱਠਦਾ,
ਅਸੀਂ ਸਿਰਫ ਇਹ ਲੈਂਦੇ ਹਾਂ ਮਿੱਟੀ ਦਾ ਸੁਭਾਅ ਜੀ ਨਿਮਰਤਾ ਚ ਨੀਵੀਂ ਰਹਿੰਦੀ ਹੈ ਨਾ ਤਾਂ ਇਹਨੂੰ ਕਿਹਾ ਨਹੀਂ ਗੁਰਮੁਖੋ ਮਿੱਟੀ ਤੋਂ ਬਿਨਾਂ ਤਾਂ ਅਸੀਂ ਰਹਿ ਹੀ ਨਹੀਂ ਸਕਦੇ ਮਾਤਾ ਧਰਤ ਮਹੱਤ ਕਿਹਾ ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੇ ਮਿੱਟੀ ਨਾ ਹੁੰਦੀ ਆਪਾਂ ਕਿੱਥੇ ਖੋਣਾ ਸੀ ਜੀ ਮਿੱਟੀ ਨਰਜਿੰਦ ਨਹੀਂ ਮਿੱਟੀ ਵਿੱਚੋਂ ਖੁਰਾਕ ਨਿਕਲਦੀ ਹੈ ਮਿੱਟੀ ਵਿੱਚੋਂ ਫਲ ਨਿਕਲਦੇ ਨੇ ਮਿੱਟੀ ਵਿੱਚੋਂ ਸਭ ਕੁਝ ਨਿਕਲਦਾ ਪਿਆ ਮਹਾਰਾਜ ਕਹਿੰਦੇ ਆ ਕਿ ਮਿੱਟੀ ਵਿੱਚ ਫਿਰ ਸੁਣੋ ਜੇ ਆਪਾਂ ਇਹ ਕਹਾਂਗੇ ਇਹ ਕਿਵੇਂ ਹੋ ਸਕਦਾ ਹੁਣ ਕਰੀਏ ਕਿ ਸਮੱਸਿਆ ਇਹ ਵੇ ਕਿ ਬਾਹਰ ਮੁਖੀ ਜਿਹੜੀਆਂ ਉਦਾਹਰਨਾਂ ਨੇ ਉਹ ਆਮ ਵਾਪਰਦੀਆਂ ਨੇ ਇਹ ਕਦੇ ਕਦੇ ਵਾਪਰਦੀ ਕਿਤੇ ਕਿਤੇ ਵਾਪਰਦੀ ਹੈ ਫਿਰ ਬੰਦਾ ਕਹਿੰਦਾ ਗਾਪੀ ਹੋਵੇਗੀ ਜੇ ਮਿੱਟੀ ਨਰਜਿੰਦ ਕਹੇ ਤੇ ਆ ਕਣਕ ਮਣਾ ਮੂਹੀ ਕਿੰਨੀ ਪੈਦਾ ਹੋਈ ਪਈ ਹੈ ਮਿੱਟੀ ਚੋਂ ਹੈ ਨਾ ਫਲ ਕਿੱਥੋਂ ਨਿਕਲਦੇ ਪਏ ਨੇ ਆ ਜੋ ਕੁਝ ਨਿਕਲ ਰਿਹਾ ਜੇ ਮਿੱਟੀ ਤੇ ਬਾਹਰ ਮੁਖੀ ਕੋਈ ਬੀਜ ਪਾਉਂਦਾ ਹੈ ਉਸ ਮਿੱਟੀ ਵਿੱਚੋਂ ਇੰਨਾ ਅਨਾਜ ਪੈਦਾ ਹੁੰਦਾ ਹੈ ਤੇ ਜੇ ਮਿੱਟੀ ਉੱਤੇ ਕਿਤੇ ਭਜਨ ਬੰਦਗੀ ਰੂਹਾਨੀ ਵਾਲਾ ਆਪਣੇ ਚਰਨ ਪਾ ਜਾਏਗਾ ਮਿੱਟੀ ਉਹਦਾ ਵੀ ਅਸਰ ਜ਼ਰੂਰ ਕਬੂਲੇਗੀ ਉਹ ਕਬੂਲਦੀ ਹੈ ਗੁਰਦੇਵ ਨੇ ਬਾਣੀ ਚ ਕਿਹਾ ਸਾਜਨ ਤੇਰੇ ਚਰਨ ਕੀ ਸੋਹਣੇ ਪਰਮਾਤਮਾ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ ਹੋਏ ਰਾਹਾਂ ਸਦ ਧੂਰ ਇੱਕ ਦੋ ਦੋਨੀ ਮੈਂ ਸਦੀਵ ਕਾਲ ਲਈ ਇਹਦਾ ਮਤਲਬ ਆਪਣੇ ਅੰਦਰ ਦੀ ਖੋਮੇ ਬਿਲਕੁਲ ਮਿਟ ਜਾਏ ਤੇ ਯਾਦ ਰੱਖੋ ਜਾਂ ਕਾ ਮਨ ਕੋਈ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮੈਂ ਤਾਂ ਕਿਹਾ ਵੀ ਮਿੱਟੀ ਦੇ ਅਰਥ ਕੇਵਲ ਬਾਹਰ ਨਹੀਂ ਜਿਸ ਦਾ ਮਨ ਸਭ ਦੇ ਚਰਨਾਂ ਦੀ ਧੂੜ ਬਣ ਜਾਏ ਗੁਰੂ ਸਾਹਿਬ ਕਹਿੰਦੇ ਉਹਦੀ ਸੁਰਤ ਇੰਨੀ ਉੱਚੀ ਹੁੰਦੀ ਹੈ ਉਹ ਘੱਟ ਘੱਟ ਵਿੱਚ ਪਰਮਾਤਮਾ ਨੂੰ ਦੇਖ ਲੈਂਦਾ ਤੇ ਗੁਰੂ ਨਾਨਕ ਸਾਹਿਬ ਦੀ ਤਾਂ ਨਿਮਰਤਾ ਹੀ ਇੰਨੀ ਹੈ ਜੀ ਇੱਥੇ ਗਰੀਬੀ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਆਓ ਥੋੜੇ ਜਿਹੇ ਪ੍ਰਮਾਣ ਅਸੀਂ ਬਾਣੀ ਚੋਂ ਲੈ ਲਈਏ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ ਦਾਨ ਮਹਿੰਡਾ ਤਲੀ ਖਾਕ ਵਾਹਿਗੁਰੂ ਜੀ ਮੈਨੂੰ ਇਹ ਦਾਨ ਦਿਓ ਮੇਰੇ ਲਈ ਦਾਤ ਇਹ ਵੇ ਮੈਨੂੰ ਉਹਨਾਂ ਦੇ ਤਲੀਆਂ ਦੀ ਧੂੜ ਦੇ ਦਿਓ ਜਿਹੜੇ ਤੇਰੇ ਵਿੱਚ ਰੱਤੇ ਹੋਏ ਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਚਰਨ ਧੂੜ ਮੱਥੇ ਤੇ ਲਾ ਲਈ ਜੇ ਮਿਲ ਜਾਏ ਹਜ਼ੂਰ ਦੀ ਬਾਣੀ ਵਿੱਚ ਹੀ ਬਚਨ ਹੈ ਬਦ ਬਖਤ ਹਮਚੂ ਬਖੀਲ ਮੇਰੇ ਵਰਗਾ ਨਭਾਗਾ ਕੋਈ ਨਹੀਂ ਮੇਰੇ ਵਰਗਾ ਚੁਗਲਖੋਰ ਕੋਈ ਨਹੀਂ ਮੇਰੇ ਵਰਗਾ ਬਦ ਬਖਤ ਬਦ ਨਸੀਬ ਕੋਈ ਨਹੀਂ ਪਰ ਇੱਕ ਆਸ ਨਾਲ ਜੀ ਰਿਹਾ ਕਿਰਪਾ ਕਰ ਜਿਹੜੇ ਤੇਰੀ ਇਬਾਦਤ ਕਰਨ ਵਾਲੇ ਨੇ ਆਪਣੇ ਚਾਕਰਾਂ ਦੇ ਪੈਰਾਂ ਦੀ ਮਿੱਟੀ ਬਖਸ਼ ਦੇ ਚਰਨ ਧੂੜ ਵੀ ਹੁੰਦੇ ਆ ਤੇ ਮਲੋਚਾ ਵੀ ਕਰਦੇ ਆ ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ ਮੈਂ ਤੇਰੇ ਚਾਕਰਾਂ ਦੇ ਚਰਨਾਂ ਦੀ ਧੂੜ ਖਾਂ ਮਾਘ ਮੱਜਨ ਸੰਗ ਸਾਧੂਆਂ ਹੋਏ ਰਹਾਂ ਸਦ ਦੂਰ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਚਰਨ ਧੂੜ ਵਿੱਚ ਇਸ਼ਨਾਨ ਕਿਹਾ ਜਨ ਕਹਿ ਚਰਨ ਵਸੈ ਮੇਰਾ ਹੀਅਰ ਹੈ ਪਰਮਾਤਮਾ ਤੇਰੇ ਸੇਵਕ ਦੇ ਪੈਰ ਮੇਰੇ ਹਿਰਦੇ ਵਿੱਚ ਵਸ ਜਾਣ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਧਨੀ ਵਿਖਾਉਣਾ ਪਾਠ ਪਟੰਬਰ ਪਾਹੇ ਸੇਤੀ ਜਾਲੇ ਤੇਰੇ ਨਾਮ ਤੋਂ ਬਿਨਾਂ ਰੇਸ਼ਮੀ ਕੱਪੜੇ ਅੱਗ ਦੀਆਂ ਲਪਟਾਂ ਨੇ ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਤੂੰ ਪਰਮਾਤਮਾ ਮੇਰੇ ਨਾਲ ਕਹਿ ਮੈਨੂੰ ਧੂੜੀ ਵੀ ਤੇਰੀ ਸ਼ੋਭਾ ਦਿੰਦੀ ਹੈ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਪਰਮਾਤਮਾ ਸਭ ਤੋਂ ਪਹਿਲੀ ਕਿਰਪਾ ਕਰ ਮੈਨੂੰ ਅੰਦਰ ਦੀ ਨਿਮਰਤਾ ਦੇ ਦੇ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਸਦੀਵ ਕਾਲ ਲਈ ਮੈਨੂੰ ਆਪਣੀ ਧੂੜ ਬਣਾ ਦੇ ਤੇ ਜਿੰਨਾ ਗੁਰਮੁਖੋ ਕੋਈ ਨਿਮਰਤਾ ਚ ਜਾਏਗਾ ਨਾਮ ਵਿੱਚ ਨਿਕਲੀ ਹੋਈ ਨਿਮਰਤਾ ਫਿਰ ਮੈਂ ਰਿਪੀਟ ਕਰਦਿਆਂ ਦਿਖਾਵੇ ਦੀ ਨਹੀਂ ਸੱਚ ਏਵੇ ਓਨੀ ਰੱਬ ਦੀ ਬਖਸ਼ਿਸ਼ ਉਹਦੇ ਤੇ ਵਰਤੇਗੀ ਮਹਾਰਾਜ ਨੇ ਇਹ ਸ਼ਬਦ ਜਨਮ ਸਾਖ ਹੀ ਚਾਹੁੰਦਾ ਹਜ਼ੂਰ ਨੇ ਕਿਹਾ ਬ੍ਰਹਮ ਪੁੱਛਦਾ ਸ਼ੇਖ ਬ੍ਰਹਮ ਕਿ ਦਰਵੇਸ਼ ਦੀ ਉੱਚੀ ਪਦਵੀ ਕੀ ਹੈ ਸਤਿਗੁਰੂ ਬਚਨ ਕਰਦੇ ਆ ਕਿ ਜਿੰਨਾ ਫੁਹਾਰੇ ਦਾ ਪਾਣੀ ਨੀਵਾਂ ਜਾਂਦਾ ਹੈ ਓਨਾ ਉੱਚਾ ਉੱਠਦਾ ਹੈ ਜਿੰਨਾ ਕੋਈ ਬੰਦਾ ਨਿਮਰਤਾ ਵਿੱਚ ਜ਼ਿੰਦਗੀ ਜਿੰਦਾ ਓਨੀ ਸੁਰਤ ਕਰਕੇ ਉੱਚਾ ਉੱਠਦਾ ਹੈ ਗੁਰੂ ਸਾਹਿਬ ਨੇ ਨਿਮਰਤਾ ਨੂੰ ਬੜੀ ਵੱਡੀ ਥਾਂ ਦਿੱਤੀ
ਥੋੜੇ ਜਿਹੇ ਬਚਨ ਅਸੀਂ ਬਾਣੀ ਚ ਹੋਰ ਲਾਂਗੇ। ਗੁਰੂ ਅਰਜੁਨ ਦੇਵ ਦੀ ਬੜੀ ਨਿਮਰਤਾ ਹੈ, ਉਹਨਾਂ ਨੇ ਤਾਂ ਨਿਮਰਤਾ ਨੂੰ ਆਪਣੇ ਅੰਦਰੂਨੀ ਹਥਿਆਰ ਦੱਸਿਆ, ਜਿਵੇਂ ਸੂਰਮਾ ਸ਼ਸਤਰ ਬਸਤਰ ਨਾਲ ਲੈਸ ਹੋ ਕੇ ਮੈਦਾਨ ਵੀ ਜਾਂਦਾ। ਉਹਨੇ ਖੰਡਾ ਪਕੜਿਆ ਖੈ, ਉਹਨੇ ਗੁਰਜ ਪਕੜੀ ਖੈ। ਗੁਰੂ ਅਰਜੁਨ ਸਾਹਿਬ ਕਹਿੰਦੇ ਆ ਗਰੀਬੀ ਗਧਾ ਖਮਾਰੀ, ਸਾਡੇ ਲਈ ਨਿਮਰਤਾ ਗੁਰਜ ਖੈ। ਖੰਨਾ ਸਗਲ ਰੇਲ ਸ਼ਾਰੀ, ਖੰਨਾ ਦਰ ਤੇ ਖੰਡਾ ਸਭ ਦੇ ਚਰਨਾਂ ਦੀ ਧੂੜ ਬਣ ਜਾਣਾ ਹੈ, ਮੈਂ ਖੰਡਾ ਪਾਇਆ ਹੋਇਆ ਹੈ। ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਲ ਸ਼ਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ, ਕੋਈ ਵਿਕਾਰ ਇਹਦੇ ਅੱਗੇ ਨਹੀਂ ਟਿਕੇਗਾ। ਗੁਰਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਦੱਸਿਆ ਹੈ ਕਿ ਇਹ ਨਿਮਰਤਾ ਹੈ। ਤੇ ਫਿਰ ਗੁਰਮੁਖੋ ਜਿੰਨਾ ਕੋਈ ਨਿਮਰਤਾ ਚ ਰਹਿੰਦਾ, ਤੁਸੀਂ ਦੇਖੋ ਰਸ ਨਿਮਰਤਾ ਵਾਲਾ ਲੈਂਦਾ, ਹੰਕਾਰੀ ਕਦੀ ਰਸ ਲੈਂਦਾ ਦੇਖੇ? ਕਿਉਂਕਿ ਉਹਦਾ ਹੰਕਾਰ ਹੀ ਆਪਣੇ ਆਪ ਚ ਰਸ। ਸਤਿਗੁਰੂ ਬਚਨ ਕਰਦੇ ਆ, ਚਲੋ ਉਦਾਹਰਣ ਹੈ, ਕਬੀਰ ਸਾਹਿਬ ਦਾ ਬਚਨ ਹੈ ਕਿ ਰੇਤ ਵੀ ਤੁਸੀਂ ਖੰਡ ਦਾ ਛੱਟਾ ਦੇ ਦਿਓ, ਹਾਥੀ ਦਾ ਆਕਾਰ ਕਿੰਨਾ ਵੱਡਾ, ਕਦੀ ਹਾਥੀ ਆਪਣੀ ਸੁੰਡ ਨਾਲ ਰੇਤ ਵਿੱਚੋਂ ਖੰਡ ਦੇ ਦਾਣੇ ਚਿਣਦਾ ਨਹੀਂ ਦੇਖਿਆ, ਕੀੜੀ ਹੀ ਦਾਣੇ ਚੁਣਦੀ ਏ। ਯਾਦ ਰੱਖਿਓ, ਦੌਲਤ ਦਾ ਹੰਕਾਰ, ਜਵਾਨੀ ਦਾ ਹੰਕਾਰ, ਵਿਦਿਆ ਦਾ ਹੰਕਾਰ, ਚੰਗੇ ਕਰਮਾਂ ਦਾ ਹੰਕਾਰ, ਜਿਹੜਾ ਹਾਥੀ ਬਣਿਆ ਬੈਠਾ ਉਹ ਕਈ ਵਾਰੀ ਗੁਰਦੁਆਰੇ ਆ ਕੇ ਵੀ ਫੁੰਕਾਰੇ ਮਾਰਦਾ, ਬਖਸ਼ ਦਿਆ ਜੇ, ਮੇਰੇ ਤੋਂ ਵੱਡਾ ਕੋਈ ਨਹੀਂ। ਤੇ ਇੱਕ ਬੰਦਾ ਨਿਮਰਤਾ ਚ ਜੋੜੇ ਝਾੜ ਕੇ ਸੰਗਤ ਵਿੱਚ ਬੈਠਦਾ ਹੈ, ਉਹ ਕੀੜੀ ਦੀ ਤਰ੍ਹਾਂ ਰਸ ਲੈ ਕੇ ਚਲਾ ਜਾਂਦਾ, ਦੂਜਾ ਬੰਦਾ ਖਾਲੀ ਦਾ ਖਾਲੀ ਰਹਿ ਜਾਂਦਾ। ਹਰ ਹੈ ਖਾਂਡ ਰੇਤ ਮੈਂ ਵਿਖਰੀ, ਇਹ ਦੋ ਵਾਰੀ ਸਲੋਕ ਆਉਂਦਾ ਜੀ, ਰੇਤ ਚ ਖੰਡ ਵਿਖਰੀ ਪਈ ਹੈ। ਹੁਣ ਤੂੰ ਦੇਖ ਮਣਾ, ਰੇਤ ਚਮਕਦੀ ਦੇਖਣੀ ਹੈ ਕਿ ਖੰਡ ਲੱਭਣੀ ਹੈ? ਹਰ ਹੈ ਖੰਡ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ। ਹਸਤੀ ਚੁਣੀ, ਦੋ ਵਾਰੀ ਪਾਠ ਭੇਦ ਆਉਂਦਾ, ਹਾਥੀ ਚੁਣੀ ਨਾ ਜਾਏ। ਕਹੋ ਕਬੀਰ ਕਹੋ ਕਮੀਰ, ਗੁਰ ਭਲੀ ਵਜਾਈ, ਚੀਟੀ ਹੋਏ ਕਹਿ ਕੀਟੀ ਹੋਏ ਕਹਿ, ਅਰਥੀ ਕੋਈ ਕਰਾਵੇ, ਕੀਟੀ ਹੋਏ ਕਹਿ ਖਾਏ। ਹੰਕਾਰ ਵਿੱਚ ਰਹੇਗਾ ਹਾਥੀ ਦੀ ਤਰ੍ਹਾਂ ਵਿਰਵਾ ਸੁੱਕਾ ਚਲਾ ਜਾਏਗਾ, ਨਿਮਰਤਾ ਵਿੱਚ ਰਹੇਗਾ ਕੀੜੀ ਦੀ ਤਰ੍ਹਾਂ ਰਸ ਲੈ ਕੇ ਚਲਾ ਜਾਏਗਾ। ਸਤਿਗੁਰੂ ਨੇ ਸਭ ਤੋਂ ਪਹਿਲਾਂ ਅਰਦਾਸ ਕੀਤੀ, ਦਾਤਾ ਤੇਰੇ ਚਰਨਾਂ ਦੀ ਧੂੜ ਬਣ ਜਾ। ਇਹਦਾ ਮਤਲਬ ਆਪਣੀ ਖੌਮੇ ਨੂੰ, ਆਪਣੀ ਮੈਂ ਮੇਰੀ ਨੂੰ ਬਿਲਕੁਲ ਛੱਡ ਦਿੱਤਾ, ਮੇਰੀ ਮੈਂ ਮੇਰੀ ਕੁਛ ਵੀ ਨਹੀਂ। ਮੈਂ ਬੇਨਤੀ ਕਰਾਂ, ਆਪ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ, ਅੱਜ ਵੀ ਅਸੀਂ ਬੈਠੇ ਗੱਲ ਕਰ ਰਹੇ ਸਾਂ ਮਹਾਰਾਜ ਜੀ ਦੇ ਬਚਨਾਂ ਦੀ, ਤੇ ਮੈਂ ਇਹ ਗੱਲ ਬੜੀ ਵਾਰੀ ਇੱਥੇ ਵੀ ਸ਼ਾਇਦ ਕੀਤੀ ਹੋਵੇ, ਧੰਨ ਗੁਰੂ ਨਾਨਕ ਸਾਹਿਬ ਵਰਗੀ ਗਰੀਬੀ ਕਿਸੇ ਕੋਲ ਨਹੀਂ ਜੀ। ਮੰਨੋ ਇਸ ਗੱਲ, ਇੰਨੀ ਨਿਰਮਾਣਤਾ। ਭਾਈ ਸਾਹਿਬ ਤਾਂ ਕਹਿੰਦੇ ਆ, ਗੁਰਸਿੱਖੋ ਰੱਬ ਦੇ ਸਾਰੇ ਖਜ਼ਾਨੇ ਗੁਰੂ ਨਾਨਕ ਲੁੱਟ ਕੇ ਲੈ ਆਇਆ ਨਿਮਰਤਾ ਦੇ। ਬਾਬਾ ਪਹਿਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਜਿਵੇਂ ਕਹਿੰਦੇ ਨੇ ਕਿ ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਨਹੀਂ ਚੰਮਦਾ, ਕਿਹਾ ਜਾਂਦਾ ਹੈ ਨਾ, ਚੋਇਆ ਜਾਂਦਾ। ਸੱਚੀ ਗੱਲ ਜੇ ਨਿਮਰਤਾ ਦੇ ਭਾਂਡੇ ਤੋਂ ਬਿਨਾਂ ਸਿੱਖੀ ਵੀ ਕਦੀ ਨਹੀਂ ਟਿਕਦੀ, ਨਿਮਰਤਾ। ਗੁਰੂ ਨਾਨਕ ਸਾਹਿਬ ਦੀ ਨਿਰਮਾਣਤਾ ਤੁਸੀਂ ਦੇਖੋ, ਇੰਨੀ ਨਿਮਰਤਾ, ਗਰੀਬੀ ਇੰਨੀ। ਮੈਂ ਅੱਜ ਜਦੋਂ ਇੱਕ ਦਿਨ ਮੇਰੇ ਮਨ ਚ ਆਇਆ ਪਾਠ ਕਰਦੇ, ਤੇ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ, ਗੁਰਮੁਖੋ ਮੈਂ ਹਰ ਥਾਂ ਜ਼ਰੂਰ ਰਿਪੀਟ ਕਰ ਰਿਹਾ ਕਥਾ ਚ ਕਿ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜ਼ਰੂਰ ਕਰੋ, ਇਹ ਨਹੀਂ ਜੇ ਲੱਭਣਾ ਵੇਲਾ ਗੁਰਮੁਖੋ, ਸੱਚੀ ਮੁੱਚੀ। ਅੱਜ ਸਾਡੇ ਕੋਲ ਹੈ ਟਾਈਮ, ਸਾਡੇ ਕੋਲ ਵਕਤ ਵੀ ਹੈ, ਸਵਾਸ ਵੀ ਨੇ, ਅੱਖਾਂ ਵੀ ਨੇ, ਯੰਤਰ ਵੀ ਨੇ, ਪਰ ਮਾਣੇ ਨਾ ਵੈੜਾ ਕਹਿੰਦਾ ਨਹੀਂ। ਤੇ ਮੈਂ ਬੇਨਤੀ ਕੀਤੀ ਸੀ, ਤੁਸੀਂ 20 ਅੰਗ ਨਾ ਕਰੋ, ਤੁਸੀਂ 30 ਅੰਗ ਨਾ ਕਰੋ, ਸਿਰਫ 4 ਅੰਗ 8 ਮਿੰਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿਓ ਜੀ, 10 ਲਾ ਲਓ, 10 ਮਿੰਟ ਦੇ ਦਿਓ, ਇੱਕ ਸਾਲ ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ, ਸਿਰਫ ਇੱਕ ਸਾਲ ਚ। 4 ਅੰਗ ਜੇ ਕਰਾਂਗੇ ਸਾਲ ਚ ਪਾਠ ਹੋ ਜਾਣਾ। ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਦੇਖੋ ਗੁਰੂ ਘਰ ਦੀ ਨਿਮਰਤਾ। ਸਤਿਗੁਰੂ ਨੇ ਜਿੰਨੇ ਵੀ ਧਰਮ ਨੇ ਉਹਨਾਂ ਸਾਰਿਆਂ ਧਰਮਾਂ ਦੀ ਪਦਤੀ ਦਾ ਜ਼ਿਕਰ ਕੀਤਾ ਹੈ। ਹੁਣ ਤਾਂ ਪੋਲੀਟੀਕਲ ਗੇਮ ਹੈ ਨਾ,
ਸਾਡੀ ਗਿਣਤੀ ਵੱਧ ਹੈ, ਤੁਹਾਡੀ ਗਿਣਤੀ ਵੱਧ ਹੈ, ਇਹੀ ਹੋਰ ਲੱਗਾ ਹੈ। ਮਸੀਂ ਬਹੁਤ ਜ਼ਿਆਦਾ ਵੱਧ ਜੀ, ਤੁਸੀਂ ਵੱਧ ਜਾਓ, ਇਹ ਪੋਲੀਟੀਕਲ ਗੇਮਾਂ ਨੇ ਸਾਰੀਆਂ, ਮੈਨੂੰ ਬਖਸ਼ ਦਿਆ ਜੇ। ਗੁਰੂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਲੋਕਾਂ ਦੀ ਗਿਣਤੀ ਕਰੋੜਾਂ ਹੋਵੇਗੀ, ਧਰਮੀ ਕੇਵਲ ਇੱਕ ਹੋਵੇਗਾ। ਜਾਂ ਨਾਨਕ ਕੋਟਨ ਮੈਂ ਕਹੂ ਨਾਰਾਇਣ ਜੀ ਚੀਤ, ਹੈਣ ਵਿਰਲੇ ਨਾ ਹੀ ਘਟੇ, ਥੋੜੇ ਨੇ ਕਹਿੰਦੇ ਆ ਹੈਣ ਜ਼ਰੂਰ। ਗੁਰੂ ਸਾਹਿਬ ਨੇ ਜਦੋਂ ਧਰਮ ਜੇ ਕਿਸ ਢੰਗ ਨਾਲ ਕਮਾ ਰਹੇ ਨੇ ਲੋਕ, ਉਹਨਾਂ ਸਾਰਿਆਂ ਦੀ ਸੂਚੀ ਦਿੱਤੀ ਵੀ ਕਿਵੇਂ ਕਿਵੇਂ ਧਰਮ ਦੇ ਕੰਮ ਕਰਦੇ ਆ, ਤੇ ਉਸ ਵਿੱਚ ਦਾਤਾ ਜੀ ਨੇ ਇੱਕ ਲਫ਼ਜ਼ ਵਰਤਿਆ ਅਸੰਖ, ਗੁਰੂ ਨਾਨਕ ਸਾਹਿਬ ਨੇ। ਅਸੰਖ ਦਾ ਅਰਥ ਹੈ ਜਿੱਥੇ ਸੰਖਿਆ ਮੁੱਕ ਜਾਏ, ਇਹ ਅਰਥ ਕਰਾਂਗੇ ਸੌਖੇ ਰਹਿਣਗੇ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਦਾਨੀ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕ ਸਾਰ। ਅਸੰਖਾਂ ਸੂਰਮੇ ਜਿਹੜੇ ਆਪਣੇ ਮੂੰਹ ਦੇ ਉੱਤੇ ਲੋਹੇ ਦਾ ਫੱਟ ਸਾਰ ਜਾਂਦੇ ਆ, ਤੀਰ ਦਾ, ਤਲਵਾਰ ਦਾ, ਬਰਸ਼ੀ ਦਾ। ਅਸੰਖ ਸੂਰਮੋ ਭਕ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਪੌੜੀ ਚ ਨਾਨਕ ਪਦ ਹੀ ਨਹੀਂ ਆਇਆ। ਦੇਖੋ ਪੜ੍ਹਿਆ ਆਪਾਂ ਅਖੀਰਲੀ ਤੁਕ ਸੀ, ਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰੂ ਜੀ ਨੇ ਧਰਮੀਆਂ ਦੀ ਸੂਚੀ ਦਿੱਤੀ, ਆਪਣਾ ਨਾਂ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਮੈਂ ਵੀ ਇੱਕ ਹਾਂ। ਨਹੀਂ, ਅਗਲੀ ਪੌੜੀ ਪੜ੍ਹੋ, ਆ ਜੇ ਨਿਮਰਤਾ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ। ਸਾਰੇ ਬੱਜਰ ਪਾਪ ਨੇ ਜੀ, ਅਸੰਖ ਨਿੰਦਕ ਸਿਰ ਕਰੇ ਭਾਰ। ਅੱਗੇ ਮਹਾਰਾਜ ਨੇ ਕੀ ਸ਼ਬਦ ਵਰਤਿਆ, ਨਾਨਕ ਨੀਚ ਕਹਿ ਵਿਚਾਰ। ਆ ਹੈ ਨਿਮਰਤਾ, ਨੀਚ ਦੇ ਚੱਚੇ ਨੂੰ ਔਂਕੜ ਲੱਗੀ ਹੈ। ਇੱਕ ਵਚਨ ਹੈ, ਨਾਨਕ ਨੀਚ ਕਹੇ ਵਿਚਾਰ, ਪਰਮਾਤਮਾ ਆ ਲੋਕ ਨੇ ਤੇਰੀ ਧਰਤੀ ਤੇ ਸਿਰਜੇ ਤੂੰ ਬਣਾਏ, ਜਿਹੜੇ ਸੱਚਮੁੱਚ ਧਰਮ ਤੋਂ ਵਿਪਰੀਤ ਕਰਮ ਕਰਦੇ ਨੇ, ਇੱਕ ਮੈਂ ਵੀ ਉਹਨਾਂ ਵਿੱਚੋਂ ਹਾਂ, ਪਰ ਤੇਰਾ ਸ਼ੁਕਰ ਕਰਾਂ ਤੂੰ ਇਹਨਾਂ ਨੂੰ ਹੀ ਸੰਭਾਲਣਾ ਪਿਆ ਹੈ। ਮੈਂ ਬੇਨਤੀ ਕਰਾਂ, ਦੇਖੋ ਇਹ ਏਡੀ ਵੱਡੀ ਨਿਮਰਤਾ, ਹਮ ਨਹੀਂ ਚੰਗੇ, ਇਹ ਹੈ ਪ੍ਰਤੀਕ ਸਾਜਨ ਤੇਰੇ ਚਰਨ ਕੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਇਹ ਮੈਂ ਬੇਨਤੀ ਕਰਾਂਗਾ, ਇਸ ਤੁਕ ਦੇ ਤੇ ਜਿੰਨੇ ਮਰਜ਼ੀ ਜਿੰਨੇ ਦਿਨ ਮਰਜ਼ੀ ਕਥਾ ਕਰੀ ਜਾਓ, ਸਦ ਧੂਰ ਦੇ ਅਰਥ ਬਹੁਤ ਹੋਰ ਗਹਿਰੇ। ਪਰਮਾਤਮਾ ਮੈਂ ਤੇਰੇ ਕੀਤੇ ਨੂੰ ਜਾਣਿਆ ਲਿਖ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾਂ ਕਰਤਾ। ਕਬੀਰ ਸਭ ਤੇ ਖਮ ਬੁਰੇ, ਹਮ ਤਜ ਭਲੋ ਸਭ ਕੋਏ, ਕਹਿੰਦੇ ਸਾਨੂੰ ਵਿੱਚੋਂ ਕੱਢ ਦਿਓ ਬਾਕੀ ਸਾਰੀ ਦੁਨੀਆ ਭਲੀ। ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹਨੂੰ ਇਹ ਸਮਝ ਪੈ ਗਈ, ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ, ਪਰਮਾਤਮਾ ਮੇਰੀ ਸਭ ਤੋਂ ਪਹਿਲਾਂ ਸੱਜਣਾ ਤੈਨੂੰ ਬੇਨਤੀ ਹੈ, ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ, ਨਿਮਰਤਾ ਵਿੱਚ ਚਲਾ ਜਾਵਾਂ। ਹਾਂ ਇੱਕ ਗੱਲ ਯਾਦ ਰੱਖਿਓ, ਸਮਾਪਤੀ ਮੈਂ ਕਰਨ ਲੱਗਾ, ਲੜੀ ਕੱਲ੍ਹ ਨੂੰ ਪੂਰੀ ਕਰਾਂਗੇ, ਭਾਵਾਂਕੇ ਅੱਗੇ ਕੱਲ੍ਹ ਨੂੰ ਹੈ। ਸ਼ਰਨ ਤੁਹਾਰੀ ਆਇਓ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ, ਨਾਨਕ ਸ਼ਰਨ ਤੁਹਾਰੀ ਆ ਵੇਖੂ ਸਦਾ ਹਜ਼ੂਰ। ਅੱਜ ਮੇਰੇ ਮਨ ਚ ਆਇਆ, ਅੱਜ ਅੰਮ੍ਰਿਤ ਵੇਲੇ ਪਤਾ ਹੁਕਮਨਾਮਾ ਕਿਹੜਾ ਆਇਆ ਦਰਬਾਰ ਸਾਹਿਬ, ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ। ਮੈਨੂੰ ਇੰਝ ਲੱਗਾ ਜਿਵੇਂ ਸਤਿਗੁਰੂ ਦੀ ਸਟੈਂਪ ਲਾਉਂਦੀ ਪਈ, ਮੈਂ ਕਥਾ ਕਰਨ ਚੱਲਾ।
ਨਾਨਕ ਸ਼ਰਨ ਤੁਹਾਰੀਆ, ਮੈਂ ਤੇਰੀ ਸ਼ਰਨ ਵਿੱਚ ਆਇਆ ਪਰ ਮੈਨੂੰ ਚਰਨ ਧੂੜ ਬਖਸ਼ ਦੇ, ਮੈਨੂੰ ਧੂੜ ਬਣਾ ਦੇ ਸਭ ਦੀ। ਸੁਣਿਓ ਮੈਂ ਸਮਾਪਤੀ ਕਰਨ ਲੱਗਾ, ਜਿੰਨੀ ਕੋਈ ਨਿਮਰਤਾ ਚ ਜਾਏਗਾ ਵਕਤੀ ਤੌਰ ਤੇ ਬਹੁਤ ਕੁਝ ਸਹਿਣਾ ਪੈਂਦਾ, ਇਹ ਸੰਸਾਰ ਹੈ ਜੀ, ਅਸੀਂ ਜਰ ਕੇ ਚੱਲਾਂਗੇ। ਜਿੰਨਾ ਕੋਈ ਨਿਮਰਤਾ ਵੀ ਜਾਏਗਾ, ਮੈਂ ਸੱਚ ਕਹਿੰਦਾ ਗੁਰਮੁਖੋ, ਇੱਕ ਦਿਨ ਨਿਮਰਤਾ ਵਾਲਾ ਜਿੱਤ ਜਾਏਗਾ, ਹੰਕਾਰੀ ਹਾਰ ਜਾਏਗਾ। ਮੈਂ ਹੁਣ ਦੇਖੋ ਅਸੀਂ ਕਿੰਨਾ ਚਿਰ ਕਥਾ ਕਰਦੇ ਰਹੇ ਧੂੜ ਦੀ, ਹੈ ਨਾ, ਵੀ ਧੂੜ ਚ ਤਾਕਤ, ਧੂੜ ਚ ਬਖਸ਼ਿਸ਼। ਇੱਥੋਂ ਤੱਕ ਕਿ ਗੁਰੂ ਪਦ ਤੇ ਅਸੀਨ ਹੋ ਕੇ ਗੁਰੂ ਜੀ ਫਿਰ ਵੀ ਬਚਨ ਕਰ ਰਿਹਾ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਭਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਖਮ ਪਾਪੀ ਪੀ ਗਤ ਪਾਏ। ਮਸਤਕ ਲੱਗੇ ਸਾਧ ਰੇਣ ਵੱਡ ਭਾਗ, ਜਿਨ੍ਹਾਂ ਦੇ ਭਾਈ ਗੁਰਦਾਸ ਹੈ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ। ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ, ਸੁਣੋ ਬੇਨਤੀ, ਮਿੱਟੀ ਅੱਜ ਥੱਲੇ ਹੈ ਸਭ ਦੇ ਚਰਨਾਂ ਦੀ ਧੂੜ, ਪਰ ਬਾਬਾ ਸਾਹਿਬ ਨੇ ਇੱਕ ਉਦਾਹਰਣ ਲਈ ਨਾ ਫਰੀਦ ਜੀ ਨੇ, ਹੁਣ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤੇ ਦੇਖੋ ਇਹ ਇੱਥੇ ਕਿੰਨੇ ਸੋਹਣੇ ਆ ਜਿਹੜੇ ਜਿੱਥੇ ਦਫਨਾਉਂਦੇ ਆ ਕਬਰਸਤਾਨ ਜੀ, ਮੇਰਾ ਤਾਂ ਕਈ ਵਾਰੀ ਸੱਚੀ ਵੀ ਲੰਘਦੇ ਦਿਲ ਕਰਦਾ ਯਾਰ ਥੋੜਾ ਜਿਹਾ ਬਹਿ ਕੇ ਤੇ ਦੇਖੀਏ ਨਾ, ਇੱਥੇ ਉਹ ਸੁੱਤੇ ਨੇ ਜਿਹੜੇ ਕਹਿੰਦੇ ਸਨ ਸਾਡੇ ਤੋਂ ਬਿਨਾਂ ਦੁਨੀਆ ਨਹੀਂ ਚੱਲਦੀ। ਪਰ ਮੇਰੇ ਮਨ ਚ ਮੈਂ ਥੋੜੀ ਬਹੁਤੀ ਕਵਿਤਾ ਕਦੀ ਕਦੀ ਲਿਖਣਾ, ਮੇਰੇ ਮਨ ਚ ਦੇਖਦਿਆਂ ਆਇਆ, ਚਲੋ ਮੈਂ ਖਿਆਲ ਹੀ ਆਇਆ, ਮੈਂ ਕਿੰਨਾ ਲੋਕ ਮਰਿਆਂ ਉੱਤੇ ਫੁੱਲ ਚਾੜਦੇ ਆ ਇਸ ਤਰੀਆਂ ਨਾ ਜੀ, ਕਿੰਨੀ ਸਫਾਈ, ਇੰਨੇ ਇੰਨੇ ਸੋਹਣੇ ਫੁੱਲ, ਮਹਿੰਗੇ ਮਹਿੰਗੇ। ਮੈਂ ਕਿਹਾ ਵਾਹ ਓਏ, ਇਹ ਮਰਿਆਂ ਤੇ ਫੁੱਲ ਚਾੜਦੇ ਆ, ਸਾਡੇ ਫੁੱਲ ਵੀ ਪਾਣੀ ਉਤਾਰ ਆਉਂਦੇ ਆ, ਅਸੀਂ ਨਹੀਂ ਰੱਖਦੇ ਕੁਛ। ਪਰ ਤੁਸੀਂ ਦੇਖੋ ਜਿਹੜੇ ਸੁੱਤੇ ਪਏ ਨੇ, ਇਹਨਾਂ ਉੱਤੇ ਪੱਥਰ ਭਾਵੇਂ ਲਾਇਆ ਪਰ ਮਿੱਟੀ ਤਾਂ ਪਾਈ ਹੈ ਨਾ। ਉਹ ਬੰਦੇ ਜਿਹੜੇ 80-80 100-100 ਸਾਲ ਜਿਉਂਦੇ ਰਹੇ, ਉਹਨਾਂ ਨੇ ਮਿੱਟੀ ਨੂੰ ਆਪਣੇ ਪੈਰਾਂ ਥੱਲੇ ਹੀ ਦੱਬ ਕੇ ਰੱਖਿਆ, ਪਰ ਇੱਕ ਪੱਖ ਲਿਆ ਜਿਹੜੀ ਨਿਮਰਤਾ ਚ ਰਹਿਣ ਵਾਲੀ ਸੀ। ਉਹਨੇ ਕਿਹਾ ਕੋਈ ਗੱਲ ਨਹੀਂ, 50 ਸਾਲ 100 ਸਾਲ ਮੈਨੂੰ ਪੈਰਾਂ ਥੱਲੇ ਰੱਖ, ਪਰ ਇੱਕ ਦਿਨ ਆਏਗਾ ਇਹੋ ਜਿਹਾ ਤੈਨੂੰ ਦੱਬਾਂਗੀ, ਤੂੰ ਸਦਾ ਲਈ ਥੱਲੇ ਰਹੇਗਾ, ਮੈਂ ਉੱਤੇ ਹੀ ਰਹਾਂਗੀ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ, ਗੁਰੂ ਸਾਹਿਬ ਏਡਾ ਵੱਡਾ ਗੁਣ ਦਿੰਦੇ ਆ, ਨਿਮਰਤਾ ਵਾਲਾ ਜਿੱਤੇਗਾ ਸੱਚੀ, ਉਹਦੀ ਉਸਦੀ ਜਿੱਤ ਨੂੰ ਹੰਕਾਰ ਦੀ ਜਿੱਤ ਨਹੀਂ ਸਮਝਣਾ। ਫਿਰ ਬੇਨਤੀ ਸੁਣਿਓ, ਮੈਂ ਅਰਜ਼ ਕੀਤੀ ਸਹਿਣਾ ਬਹੁਤ ਔਖਾ, ਪਰ ਨਿਮਰਤਾ ਵਾਲਾ ਇੱਕ ਦਿਨ ਜੋ ਜਿੱਤਦਾ ਹੈ, ਨਿਮਰਤਾ ਵਾਲੇ ਨੂੰ ਲੋਕ ਪਖੰਡੀ ਵੀ ਕਹਿੰਦੇ ਆ, ਉਹਨੂੰ ਸਵਾਰਥੀ ਵੀ ਕਹਿੰਦੇ ਆ, ਉਹਨੂੰ ਟੁੱਕੜ ਬੋਚ ਵੀ ਕਹਿੰਦੇ ਆ, ਉਹਨੂੰ ਥਾਂ ਥਾਂ ਤੇ ਜਾਣ ਵਾਲੇ ਗੰਦੇ ਤੋਂ ਗੰਦਾ ਸ਼ਬਦ ਵਰਤਦੇ ਆ, ਪਰ ਇੱਕ ਦਿਨ ਆਏਗਾ ਮਿੱਟੀ ਸਦੀਵ ਕਾਲ ਲਈ ਉੱਤੇ ਰਹੇਗੀ, ਉੱਤੇ ਚੱਲਣ ਵਾਲਾ ਥੱਲੇ ਸੌਂ ਜਾਏਗਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਮਹਾਰਾਜ ਕਹਿੰਦੇ ਨੇ ਮਰਨ ਤੋਂ ਬਾਅਦ ਉੱਤੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰਜੋਤ ਦਾ ਬੋਲ, ਸਾਜਨ ਤੇਰੇ ਚਰਨ ਕੀ, ਸੋਹਣੇ ਮਹਿਬੂਬ ਹੈ ਗੁਰੂ ਜੀ, ਮੈਨੂੰ ਕੁਛ ਨਹੀਂ, ਆਪਣੇ ਚਰਨਾਂ ਦੀ ਧੂੜ ਬਣਾ ਦੇ, ਤੂੰ ਤਰਸ ਕਰ ਮੇਰੇ ਤੇ, ਮੈਨੂੰ ਆਪਣੀ ਚਰਨ ਧੂੜ ਬਖਸ਼ ਦੇ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਕੱਲ ਨੂੰ ਮੈਂ ਬੇਨਤੀ ਕਰਾਂਗਾ, ਇੱਕ ਸ਼ਰਨ ਵਿੱਚ ਆਇਆ ਤੇ ਦੂਜੀ ਮੈਨੂੰ ਹਜ਼ੂਰੀ ਬਖਸ਼ ਦੇ। ਗੁਰਮੁਖੋ ਜਿਹਨੂੰ ਹਜ਼ੂਰੀ ਮਿਲ ਜਾਏ ਨਾ, ਉਹ ਕਿਤੇ ਵੀ ਚਲਾ ਜਾਏ ਹਜ਼ੂਰ ਸਾਹਿਬ ਹੀ ਰਹਿੰਦਾ, ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਇਹ ਆਪਾਂ ਕੱਲ ਨੂੰ ਵਿਚਾਰਾਂਗਾ। ਆਪ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬੜੇ ਪਿਆਰ ਸਹਿਤ ਇਹ ਵਿਚਾਰ ਸੁਣੇ, ਮੈਂ ਬਹੁਤ ਠੀਕ ਵੀ ਨਹੀਂ ਬੋਲਿਆ ਹੋਵਾਂਗਾ ਹੁਣ ਸੱਚੀ ਮੁੱਚੀ, ਤੇ ਤੁਸੀਂ ਕਿਰਪਾ ਕਰਕੇ ਬਖਸ਼ ਦਿਆ ਜੇ।